ਜਿਹਦੇ ਬਾਰੇ ਗੁਰਬਾਣੀ 'ਚ ਲਿਖਿਆ ਪਹਿਲਾ ਪਾਣੀ ਜਿਉ ਹੈ ਜਿੱਤ ਹਰਿਆ ਸਭ ਕੋਏ। ਸਾਨੂੰ ਚੰਗਾ ਪਾਣੀ ਨਹੀਂ ਮਿਲ ਰਿਹਾ ਪੀਣ ਨੂੰ, ਪੰਜਾਬ ਦੇ ਵਿੱਚ ਉਹ ਕਨੈਲਸ ਖੜੀ ਕਰਕੇ ਦਰਿਆ ਦੇ ਰਾਹੀਂ ਬਾਹਰ ਲਿਆ ਜਾਂਦਾ, ਇੰਟਰਨੈਸ਼ਨਲ ਰਾਈਪੇਰੀਅਨ ਲਾਜ਼ ਵਾਇਲੇਟ ਕੀਤੇ ਜਾ ਰਹੇ ਨੇ। ਸਿੱਖਾਂ ਦੇ ਕੁਛ ਖਾਸ ਇਸ਼ੂ ਹੈਗੇ, ਪੰਜਾਬੀਆਂ ਦੇ ਵੀ ਇਸ਼ੂਜ਼ ਨੇ, ਤਾਂ ਇਸ ਕਰਕੇ ਸਾਡੀ ਲੜਾਈ ਚੱਲ ਰਹੀ ਹੈ। ਦੇ ਆਰ ਵਾਇਲੇਟਿੰਗ ਦੇਅਰ ਓਨ ਕੌਨਸਟੀਟਿਊਸ਼ਨ। ਇਨਫੈਕਟ ਉਹਨਾਂ ਵਿੱਚੋਂ ਕੋਈ ਇੱਕ ਅੱਧਾ ਬੰਦਾ ਬਾਹਰ ਆ ਕੇ ਪੰਜਾਬ ਦੀ ਥੋੜ੍ਹੇ ਜਿਹੇ ਪਾਣੀ ਦੀ ਗੱਲ ਕਰਦੇ, ਅਸੀਂ ਖੁਸ਼ ਹੋ ਜਾਂਦੇ ਹਾਂ। ਕਿਉਂ? ਕਿਉਂਕਿ ਸਾਡੇ ਲਈ ਉਹ ਵੱਡੀ ਗੱਲ ਹੈ, ਸਾਡਾ ਐਗਰੀਗੇਰੀਅਨ ਸੋਸਾਇਟੀ ਹੁੰਦੀ ਸੀ। ਬਟ ਦੇ ਆਰ ਨੋਟ ਡੂਇੰਗ ਐਨੀਥਿੰਗ ਅਬਾਊਟ ਇਟ, ਨਥਿੰਗ। ਦੇ ਆਰ ਵਾਇਲੇਟਿੰਗ ਐਵਰੀ ਸਿੰਗਲ ਇੰਟਰਨੈਸ਼ਨਲ ਐਂਡ ਇੰਡੀਅਨ ਲਾਜ਼ ਅਟੈਚ ਟੂ ਦ ਰਿਵਰ ਵਾਟਰਸ ਆਫ ਪੰਜਾਬ। ਕਿਉਂ? ਕਿਉਂਕਿ ਸਾਡੇ ਕੋਲ ਕੁਝ ਬਚਿਆ ਹੀ ਨਹੀਂ, ਸਾਡੇ ਨੈਚੁਰਲ ਰਿਸੋਰਸਿਸ ਖਤਮ। ਸਾਡੇ ਕੋਲ ਤੁਹਾਨੂੰ ਪਤਾ, ਸਟੇਟ ਹੈਜ਼ ਬਿਨ ਬੈਂਕਰਪਟ ਫੋਰ ਸੈਵਰਲ ਈਅਰਸ, ਵਰਲਡ ਬੈਂਕ ਪੁਲ ਆਊਟ ਇਟਸ ਲੋਨ 12 ਈਅਰਸ ਅਗੋ। ਯੂ ਨੋ ਵਟ ਦ ਡੈਟ ਆਫ ਪੰਜਾਬ ਇਜ਼, ਯੂ ਨੋ ਫਾਰਮਰ ਸੁਸਾਈਡ ਕਿੰਨੇ ਚੱਲ ਰਹੇ ਨੇ, ਫੀਮੇਲ ਫੀਟਾਸਾਈਡ ਚੱਲ ਰਹੀ ਆ। ਇਹ ਸਾਰਾ ਕੁਛ ਇਹਨਾਂ ਪੋਲਿਸੀਜ਼ ਦੇ ਨਾਲ ਰਿਲੇਟਡ ਹੈਗਾ। ਯੂ ਹੈਵ ਨਥਿੰਗ ਲੈਫਟ। ਪਤਵੰਤ ਸਿੰਘ, ਸਰਦਾਰ ਪਤਵੰਤ ਸਿੰਘ ਯੂਜ਼ ਟੂ ਸੇ ਪੰਜਾਬ ਇਜ਼ ਅੰਡਰ ਸੀਜ, ਔਰ ਸਰਦਾਰ ਗੁਰਤੇਜ ਸਿੰਘ ਸੈਜ਼ ਕਿ ਇਹ ਅਭਿਮੰਨਿਊ ਵਾਲੀ ਗੱਲ ਹੈ, ਚੱਕਰਵਿਊ ਖੜਾ ਕੀਤਾ ਗਿਆ। ਇਹ ਚੱਕਰਵਿਊ 'ਚ ਦੇਖਣ ਲਈ ਤੁਹਾਨੂੰ ਬੜਾ ਕੁਛ ਸੋਚਣਾ ਪੈਣਾ, ਪੋਲੀਟੀਕਲੀ, ਰਿਲੀਜੀਅਸਲੀ, ਸਪਿਰਿਚੁਅਲੀ, ਇਕਨੋਮਿਕਲੀ, ਹਰ ਲੈਵਲ 'ਤੇ ਸਾਨੂੰ ਘੇਰਿਆ ਗਿਆ। ਵੀ ਹੈਵ ਟੂ ਥਿੰਕ ਵੈਰੀ ਹਾਰਡ ਅਬਾਊਟ ਹਾਊ ਟੂ ਕਮ ਆਊਟ ਆਫ ਦਿਸ। ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੀ ਮੈਂ ਅਰਲੀਅਰ ਗੱਲ ਕਰ ਲਈ ਆ, ਇਹਦੀਆਂ ਡਿਮਾਂਡਸ ਨਹੀਂ ਫੋਲੋ ਕੀਤੀਆਂ ਗਵਰਨਮੈਂਟ ਨੇ, ਅਤੇ ਇਹਨੇ ਬਣਾ ਤਾ ਇਹਨਾਂ ਨੇ ਕਿ ਸਿੱਖ ਇੱਕ ਵੱਖਵਾਦੀ ਨੇ। ਦੇ ਸਟਾਰਟ ਕਾਲਿੰਗ ਅਸ ਟੈਰੋਰਿਸਟ ਐਂਡ ਸੈਪਰੇਟਿਸਟ। ਸਿੱਖਸ ਵਰ ਨੈਵਰ ਡੂਇੰਗ ਦਿਸ ਇਨ 70s ਵਿੱਚ ਈਵਨ ਭਿੰਡਰਾਂਵਾਲੇ ਬਾਰੇ ਕੀ ਲਿਖਿਆ ਹੈਗਾ, ਵੀ ਸ਼ੁੱਡ ਨੋ ਦਿਸ। ਜਸਟ ਲਾਈਕ ਵੀ ਡੂ ਡਿਸਸਰਵਿਸ ਟੂ ਬੰਦਾ ਸਿੰਘ ਬਹਾਦਰ, ਵੀ ਆਰ ਡੂਇੰਗ ਡਿਸਸਰਵਿਸ ਟੂ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ। ਯੂ ਨੋ ਵਟ ਹੀ ਡਿਡ? ਭਿੰਡਰਾਂਵਾਲੇ ਅਤੇ ਬਾਬਾ ਜਰਨੈਲ ਸਿੰਘ ਦਾ ਮੈਂ ਕੰਪੈਰੀਜ਼ਨ ਕਿਉਂ ਕਰ ਰਿਹਾ ਬਾਬਾ ਬੰਦਾ ਸਿੰਘ ਬਹਾਦਰ ਨਾਲ? ਹੂਐਵਰ ਇਜ਼ ਅ ਸਕਸੈਸਫੁਲ ਸਿੱਖ, ਨੋਟ ਓਨਲੀ ਵਿਲ ਹੀ ਬੀ ਕਿਲਡ, ਦੇਰ ਵਿਲ ਬੀ ਕੈਰੈਕਟਰ ਅਸੈਸੀਨੇਸ਼ਨ। ਦੈਟਸ ਵਟ ਹੈਪਨਸ ਬਿਕੋਜ਼ ਦੇ ਆਰ ਸੋ ਸਕਸੈਸਫੁਲ। ਐਂਡ ਦਿਸ ਨਾਓ ਦਾ ਇੰਡੀਅਨ ਪੁਲਿਸਮੈਨ ਆਰ ਆਲਸੋ ਰਾਈਟਿੰਗ। ਏ ਆਰ ਦਰਸ਼ੀ ਨੇ ਕਿਤਾਬ ਲਿਖੀ ਹੈ, 5 ਸਾਲ ਹੋ ਗਏ ਲਿਖੀ ਨੂੰ। ਹੀ ਇਜ਼ ਅ ਰਿਟਾਇਰਡ DIG ਆਫ ਪੰਜਾਬ ਪੁਲਿਸ, ਹਿੰਦੂ ਮੈਨ, ਪੁਲਿਸਮੈਨ। ਹੀ ਰੋਡ ਅ ਬੁੱਕ ਕਾਲ ਦ ਗੈਲਨ ਡਿਫੈਂਡਰ, ਉਹਦੇ 'ਚ ਉਹਦਾ ਟਰਾਂਸਲੇਸ਼ਨ ਆ ਗਿਆ ਜਿਹਦਾ ਪੰਜਾਬੀ 'ਚ ਨਾਂ ਜਾਂਬਾਜ਼ ਰਾਖਾ। ਹੀ ਇਜ਼ ਰਾਈਟਿੰਗ ਇਨ ਦੇਅਰ ਕਲੀਅਰਲੀ, ਹੀ ਸੈਡ ਹੀ ਵਾਜ਼ ਵਨ ਦ ਬੈਟਰ ਮੈਨਸ ਅਲਾਈਵ ਇਨ ਪੰਜਾਬ, ਨੋਟ ਓਨਲੀ ਡਿਡ ਵੀ ਕਿਲ ਜਰਨੈਲ ਸਿੰਘ, ਵੀ ਆਰ ਆਲਸੋ ਡੂਇੰਗ ਕੰਟੀਨਿਊਸ ਡਿਸੈਮੀਨੇਸ਼ਨ ਆਫ ਰੋਂਗ ਇਨਫੋਰਮੇਸ਼ਨ ਫੋਰ ਹਿਮ। ਸਾਨੂੰ ਪਤਾ ਹੀ ਨਹੀਂ ਸਾਡਾ ਕੌਣ ਆ। ਸੇਮ ਥਿੰਗ ਹੈਪਨ ਟੂ ਬੰਦਾ ਸਿੰਘ ਬਹਾਦਰ ਬਿਕੋਜ਼ ਹੀ ਟੁੱਕ ਔਨ ਦ ਲਾਰਜੈਸਟ ਡਾਇਨੈਸਟੀ ਆਫ ਸਾਊਥ ਏਸ਼ੀਆ। ਯੂ ਨੋ ਹਿਸਟੋਰੀਅਨਸ ਆਰ ਪਜ਼ਲਡ ਕੀ ਹੋ ਗਿਆ ਉਸ ਡਾਇਨੈਸਟੀ ਨੂੰ। ਦ ਐਂਸਰ ਇਜ਼ ਬੰਦਾ ਸਿੰਘ ਬਹਾਦਰ ਹੈਪਨ, ਬਟ ਦੇ ਡੋਂਟ ਗਿਵ ਕ੍ਰੈਡਿਟ ਟੂ ਸਿੱਖਸ। ਹੀ ਵਾਜ਼ ਸੋ ਸਕਸੈਸਫੁਲ, ਸੋ ਵਟ ਡੂ ਵੀ ਡੂ? ਵੀ ਕ੍ਰੀਏਟ ਸਟੋਰੀਜ਼ ਅਰਾਊਂਡ ਹਿਮ। ਉਹਨੇ ਜੀ ਵਿਆਹ ਕਰਾ ਲਿਆ ਸੀ ਤਾਂ ਉਹ ਇੱਦਾਂ ਹੋ ਗਿਆ। ਕਮ ਔਨ, ਥਿੰਕ ਲਿਟਲ ਬਿਟ। ਗੁਰੂ ਸਾਹਿਬ ਇੱਕ ਨੂੰ ਕਹਿਣਗੇ ਤੂੰ ਇਹ ਕਰ ਅਤੇ ਦੂਸਰੇ ਨੂੰ ਕਹਿੰਦੇ ਕੁਛ ਹੋਰ ਕਰ। ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਚੌਹ ਵਰਨਾਂ ਨੂੰ ਉਪਦੇਸ਼ ਸਾਂਝਾ ਹੈਗਾ। ਥਿੰਕ ਅਬਾਊਟ ਵਟ ਵੀ ਆਰ ਡੂਇੰਗ। ਸਿਮਿਲਰਲੀ, ਇਨਫੈਕਟ ਇਹ ਟਾਈਟਲ ਹੀ ਮੇਰੇ ਲੈਕਚਰ ਦਾ ਮੈਂ ਰੱਖਿਆ 47-84। ਇਸ ਐਂਗਲ ਤੋਂ ਹੀ ਬਾਬਾ ਜਰਨੈਲ ਸਿੰਘ ਨੂੰ ਦੇਖ ਲਓ ਤਾਂ ਪਤਾ ਲੱਗੂ ਉਹ ਕੀ ਸੀ। ਹੀ ਵਾਜ਼ ਬੋਰਨ ਇਨ 1947, ਉਹ 47 ਦਾ ਪ੍ਰੋਡਕਟ ਹੈਗੇ ਨੇ। 47 ਤੁਹਾਨੂੰ ਪਤਾ AKB ਹੁੰਦੀ ਹੈ, ਫਿਰ ਤਾਂ ਹੀ ਉਹ ਲਾਇਆ ਸੀ ਉਹਨਾਂ ਨੇ ਬੈਂਡ। ਅਤੇ 84 ਵਿੱਚ ਉਹਨਾਂ ਦੀ ਸ਼ਹਾਦਤ ਹੋਈ। ਇਹ ਤਰੀਕਾ ਸਿੱਖਾਂ ਦੀ 84 ਕੱਟਣ ਦਾ, ਅਸੀਂ ਉਡੀਕਦੇ ਹਾਂ ਕਿਤੇ ਦਰਗਾਹ ਕਿਤੇ ਜਾ ਕੇ ਕੁਛ ਮਿਲੂ ਸਾਨੂੰ। ਉਹ ਇਸਲਾਮ ਵਿੱਚ ਹੋ ਸਕਦਾ ਜਾਂ ਕਿਸੇ ਹੋਰ ਧਰਮ ਵਿੱਚ ਹੋ ਸਕਦਾ, ਸਾਮੀ ਧਰਮਾਂ 'ਚ ਜਾਂ ਸਮੈਟਿਕ ਟ੍ਰੈਡੀਸ਼ਨ। ਸਾਨੂੰ ਇਹ ਸਿਖਾਇਆ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦ ਲਾਸਟ ਕੁਐਸਚਨ ਪੁੱਛਿਆ ਸੀ ਜਸਟ ਬਿਫੋਰ ਇਸ ਸ਼ਹਾਦਤ ਕਿ ਤੇਰੇ ਨਾਲ ਇਹ ਪਿੰਜਰੇ ਵਿੱਚ ਤੂੰ ਕਿਉਂ ਬੰਨਦਾ, ਐਂਡ ਹਿਜ਼ ਰਿਸਪੋਂਸ ਵਾਜ਼, ਬਿਕੋਜ਼ ਉਹਨੂੰ ਕਹਿ ਰਹੇ ਸੀ ਤੂੰ ਤਾਂ ਬਹੁਤ ਬਹਾਦਰ ਆ, ਇੱਥੋਂ ਨਿਕਲ ਜਾ, ਤੂੰ ਕਰਾਮਾਤੀ ਹੈ, ਇੱਥੋਂ ਬਾਹਰ ਆ ਜਾ। ਕਹਿੰਦਾ ਮਾਏ ਗੁਰੂ ਹੈਜ਼ ਟੌਟ ਮੀ ਆਈ ਐਮ ਰਿਸਪੋਂਸੀਬਲ ਫੋਰ ਮਾਈ ਮੈਨ ਆਲਸੋ, ਦੋਜ਼ ਹੂ ਕਮਿਟਡ ਐਕਸਟਰਾ ਵਟ ਵੀ ਵਿਲ ਕਾਲ ਐਕਸਟਰਾ ਲੀਗਲ ਅਫੇਅਰਸ ਇਨ ਸਰਹੰਦ। ਆਪਣੇ ਬੰਦਿਆਂ ਦੀ ਜ਼ਿੰਮੇਵਾਰੀ ਲਈ ਕਹਿੰਦਾ ਮੇਰੇ ਥੱਲੇ ਹੋਇਆ ਸੀ, ਆਈ ਮਸਟ ਪੇ ਫੋਰ ਇਟ ਨਾਓ। ਅਸੀਂ ਗਾਹਾਂ ਜਾ ਕੇ ਪੇ ਨਹੀਂ ਕਰਦੇ, ਅਸੀਂ ਸਭ ਕੁਛ ਇੱਥੇ ਹੀ ਕਰਦੇ ਹਾਂ। ਇਹ ਅਸੀਂ ਪੁੱਛਦੇ ਰਹਿੰਦੇ 84 ਕੀ ਆ, ਉਹ ਗੁਰੂ ਨਾਨਕ ਸਾਹਿਬ ਨੇ ਲਿਖਤਾ ਨਾਮ ਅੰਕੰਤ ਨਾਂਟ, ਫਿਰ ਪੁੱਛੀ ਜਾਂਦੇ ਆ। 84 ਕੱਟਣੀ ਸਾਡੀ ਇਹ ਹੈ ਮਰਜੀਵਣਾ ਬਣਨਾ, ਗੈਟਿੰਗ ਫਰੀ ਵਾਇਲ ਯੂ ਆਰ ਇਨ ਦਿਸ ਵਰਲਡ। ਲੁੱਕ ਐਟ ਬਾਬਾ ਜਰਨੈਲ ਸਿੰਘ ਲਾਈਫ। ਯੂ ਨੋ ਆਈ ਐਮ ਨੋਟ ਇਨਟੂ ਨਿਊਮਰੋਲੋਜੀ, ਬਟ ਤੁਸੀਂ ਇਹ ਲਾਈਫ ਦੀ ਹਿਸਟਰੀ ਚੋਂ ਇਹ ਚੀਜ਼ਾਂ ਵੀ ਕੱਢ ਸਕਦੇ ਹੋ। ਹੀ ਸਟੂਡ ਦੇਅਰ ਅਰਦਾਸ ਕਰਕੇ ਐਂਡ ਹੀ ਡਿਡ ਐਵਰੀਥਿੰਗ ਹੀ ਨੀਡਿਡ ਟੂ। ਅਸੀਂ ਮੰਡੇ ਨਾਈਟ, ਮੰਡੇ ਮਾਰਨਿੰਗ ਕੁਆਰਟਰ ਬੈਕਿੰਗ ਜਿਹੜੀ ਅਮੈਰੀਕਾ 'ਚ ਕਹਿੰਦੇ ਹਾਂ, ਕਰਦੇ ਰਹਿੰਦੇ ਹਾਂ ਵਾਟਰ ਕੂਲਰਸ 'ਤੇ ਖੜ ਕੇ, ਯਾਰ ਜੇ ਉਹ ਅੰਦਰ ਨਹੀਂ ਹੁੰਦਾ ਤਾਂ ਸ਼ਾਇਦ ਬਚ ਜਾਂਦੇ। ਇਹ ਸਾਨੂੰ ਆਪਣੀ ਹਿਸਟਰੀ ਨਹੀਂ ਪਤਾ ਹੋਣੀ ਆ। ਵਾਈ ਸ਼ੁੱਡ ਹੀ ਬੀ ਦੇਅਰ? ਵੀ ਡਿਡ ਐਨ ਅਰਦਾਸ,
the whole Sikh Panth did an ardas that we will not leave this place. He did not go to Darbar Sahib a month before or 2 months before. It was 1982 when they did ardas. DC of Amritsar, Mr. Brar, is on record saying ki main sarkar nu keha ki mainu warrant issue karo, main le aunda unna nu. But kehndi sarkar ne warrant nahi. It is not about him, but it is partly about Jarnail Singh Bhindranwala, because he was a symbolic leader of the Sikhs. Te jad unna ne Sikhan nu keha, har kisim da Sikh Darbar Sahib te came to work under him. Paave unna ne amrit chakya si ya nahi, paave unna ne case rakhe si ya nahi, paave Hindustan di sarkar lai kam karde si ya nahi. This is the leadership, where they are not about their own people or their own kind or only Chonk Mehta. This is the leadership where every Sikh, doesn't matter the background of the leader, where every Sikh feels, nahin yaare sada hai ga. A leadership paida karo. Jitho marji aave ho. Leader needs to know that I am representing the Sikhs. I'm not representing only one kind of Sikhs. Leadership diye clarity. Akal tak te jad honna ne ਉਹਨਾਂ ਦਾ ਬੋਲ ਬਾਲਾ ਸੀ, ਉਹਨਾਂ ਨੇ ਆਪਣੀ ਮਰਿਆਦਾ ਨਹੀਂ ਉੱਥੇ ਲਾਗੂ ਕਰਾਈ. ਦਿਸ ਇਜ਼ ਲੀਡਰਸ਼ਿਪ. ਹੀ ਨਿਊ ਵੇਅਰ ਹੀ ਕੇਮ ਫਰੋਮ. ਸਾਰੇ ਆਪਣੇ ਘਰਾਂ ਵਿੱਚ ਅਸੀਂ ਰਹਿਣਾ ਜਿਵੇਂ ਮਰਜ਼ੀ ਰਹੀਏ. ਦਿਸ ਇਜ਼ ਨੋਟ ਅਬਾਊਟ ਵੈਦਰ ਯੂ ਆਰ ਟਕਸਾਲੀ ਔਰ ਏ ਕੇ ਜੇ ਔਰ ਮਿਸ਼ਨਰੀ. ਦਿਸ ਇਜ਼ ਅਬਾਊਟ ਹਾਊ ਡੂ ਯੂ ਬਿਕਮ ਪੰਥਕ. ਐਂਡ ਸਿੰਸ ਆਈ ਐਮ ਔਨ ਦਿਸ ਟੌਪਿਕ, ਲੈਟ ਮੀ ਕੰਟੀਨਿਊ. ਦੈਟ ਵਾਜ਼ ਅ ਬੈਟਲ ਆਫ ਅੰਮ੍ਰਿਤਸਰ. ਕਿਉਂ ਮੈਂ ਕਹਿ ਰਿਹਾ ਬੈਟਲ ਆਫ ਅੰਮ੍ਰਿਤਸਰ? ਚਮਕੌਰ ਦੀ ਗੜੀ ਬਾਰੇ ਦੇਖੋ, ਦੇਰ ਆਰ ਡਿਫਰੈਂਟ ਨੈਰੇਟਿਵਸ ਇਨ ਦਾ ਵਰਲਡ. ਕੁਐਸਚਨ ਇਹ ਕਿ ਤੁਸੀਂ ਕਿਹੜਾ ਨੈਰੇਟਿਵ ਸੁਣਾ ਰਹੇ ਹੋ? ਸਰਕਾਰ ਵਾਲਾ ਕਿ ਅਸੀਂ ਔਰੰਗਜ਼ੇਬ ਦਾ ਨੈਰੇਟਿਵ ਸੁਣਾਉਂਦੇ ਹਾਂ? ਬਟ 84 ਵੇਲੇ ਅਸੀਂ ਹਿੰਦੁਸਤਾਨ ਦਾ ਨੈਰੇਟਿਵ ਸੁਣਾਈ ਜਾ ਰਹੇ ਹਾਂ. ਇਟ ਇਜ਼ ਬੈਟਲ ਆਫ ਅੰਮ੍ਰਿਤਸਰ. ਜੋ ਛੋਟੇ ਸਾਹਿਬਜ਼ਾਦੇ ਚਮਕੌਰ 'ਚ ਲੜੇ, 1,25,000 ਸੇ ਇੱਕ ਲੜਾਉਣ ਦਾ ਕੀ ਮਤਲਬ ਸੀ? ਜਦ ਇੰਡੀਅਨ ਆਰਮੀ ਦਾ ਜਨਰਲ ਜਿਹਨੇ ਰਿਵਿਊ ਲਿਖਿਆ 1984 ਬਾਰੇ, ਉਹ ਕਹਿੰਦਾ ਆਈ ਵਿਸ਼ ਆਈ ਕੁਡ ਟਰਸਟ ਵਟ ਬਰਾਰ ਇਜ਼ ਟੈਲਿੰਗ ਅਸ ਬਟ ਆਈ ਕੈਨ ਨਾਟ. ਹੀ ਰਾਈਟਸ ਜਨਰਲ ਆਰਿਫ ਖਾਨ, ਕਰੀਮ ਆਰਿਫ ਕਰੀਮ ਖਾਨ, ਹੀ ਗੋਜ਼ ਇਨ ਇਸ ਡਿਫੈਂਸ ਰਿਵਿਊ ਵਿੱਚ ਉਹਨੇ ਆਪ ਲਿਖਿਆ ਹੈ, ਕਹਿੰਦਾ 48 to 52 ਆਵਰਸ ਲੈਸ ਦੈਨ 100 ਪੀਪਲ ਸਟਾਪ ਦਾ ਫੋਰਥ ਲਾਰਜੈਸਟ ਸਟੈਂਡਿੰਗ ਆਰਮੀ ਆਫ ਦਾ ਵਰਲਡ ਵਿਦ ਰਿਮੀਡੀਅਲ ਵੈਪਨਸ ਆਈ ਕੈਨ ਕੰਪਰੀਹੈਂਡ ਇਟ. ਦਿਸ ਇਜ਼ ਅਰ ਹਿਸਟਰੀ. ਜਿੱਥੇ ਦੋ ਦਿਨ, ਬਿਕੋਜ਼ ਯੂ ਨੋ ਬਰਾਰ ਨੇ ਕਿਹਾ ਸੀਗਾ ਇੰਦਰਾ ਗਾਂਧੀ ਨੂੰ, ਆਈ ਨੀਡ 4 ਆਵਰਸ, 2 ਆਵਰਸ ਟੂ ਫਿਨਿਸ਼ ਦੀ ਆਪਰੇਸ਼ਨ, 2 ਆਵਰਸ ਟੂ ਕਲੀਨ ਅਪ. ਹੀ ਵਾਜ਼ ਦੇਅਰ ਫੋਰ 2 ਡੇਜ਼ ਐਂਡ ਹੀ ਸਟਿਲ ਡਿਡਨਟ ਨੋ ਵਟ ਟੂ ਡੂ. ਦਿਸ ਇਜ਼ ਅਰ ਹਿਸਟਰੀ. ਦਿਸ ਇਜ਼ ਵਟ ਹੈਪਨ ਐਟ ਚਮਕੌਰ. ਵੀ ਨੀਡ ਟੂ ਪ੍ਰੈਜੈਂਟ ਡਿਫਰੈਂਟ ਐਂਗਲਸ ਟੂ ਇਟ. ਦੋਜ਼ ਹੂ ਡਿਫੈਂਡ ਦਰਬਾਰ ਸਾਹਿਬ, ਵੀ ਸੈਲੀਬ੍ਰੇਟ ਦੈਮ. ਪਤਵੰਤ ਸਿੰਘ ਰੋਡ ਆ ਬੁੱਕ ਕਾਲ ਦਾ ਗੋਲਡਨ ਟੈਂਪਲ, ਉਹਦੇ ਸ਼ੁਰੂ 'ਚ ਉਹਨੇ ਇੱਕ ਕੋਟ ਲਿਖੀ ਹੈ, ਆਈ ਵਾਂਟ ਟੂ ਸ਼ੇਅਰ ਦੈਟ ਵਿਦ ਯੂ. ਹੀ ਸੈਜ਼, it took the blood and sweat of several generations to build it, to defend it, and to rebuild it. Eh darbar sahab, blood and sweat of several generations to build it, defend it, and rebuild it. Assi unna diyan gathaan sunaniyan ne jehde destroy karan aa rahe ne, unna diyan ni. This is our narrative. We need to present our narratives. We need to present that Jarnail Singh Bhindranwala is not an anomaly. He is part of the continuous Sikh tradition. He is a leadership of the Sikh nation. Whether Tavleen Kaur of India Today calls him the prophet of hate, because that's India Today writing. We need to present him how he was. Akali Phula Singh wale ja J.D. Cunningham likhda England da, you know, he's an enemy. He calls Akali Phula Singh a fanatic. Do you think he was a fanatic? Koi Sikh nahi manda unna nu fanatic. ਜਿਹੜੀ ਹਿਸਟਰੀ ਹੁੰਦੀ ਹੈ ਨਾ, ਉਹਨੂੰ 50 ਸਾਲ ਲੱਗ ਜਾਂਦੇ ਨੇ ਸਮਝ ਨੂੰ. ਹੁਣ ਇਹਦੇ ਤਾਂ 30 ਸਾਲ ਵੀ ਨਹੀਂ ਹੋਏ ਤੇ ਉਹਨੇ ਹੌਲੀ ਹੌਲੀ ਸਮਝ ਆ ਰਿਹਾ ਕਿ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਕੀ ਕੀਤਾ ਸੀ. ਐਨੀਵੇ, ਲੈਟਸ ਕਮ ਟੂ ਦਾ ਨੈਕਸਟ ਥਿੰਗ. ਇਹ ਟਾਈਮਸ ਆਫ ਇੰਡੀਆ ਦਾ ਐਡੀਟਰ ਹੈਗਾ ਗਿਰਲੀ ਲਾਲ ਜੈਨ, ਉਹਦਾ 1984 ਦਾ ਮਾਰਚ ਦਾ ਸਟੇਟਮੈਂਟ ਦੇਖੋ. ਇਹ ਮੀਡੀਆ ਦਾ ਰੋਲ. ਇਟਸ 11 PM ਇਨ ਦਾ ਹਿਸਟਰੀ ਆਫ ਸਿੱਖ ਕਮਿਊਨਿਟੀ, ਇਟ ਮਸਟ ਰਿਵਰਸ ਦਾ ਕਲੋਕ, ਇਟ ਇਜ਼ ਸਟਿਲ ਪੋਸੀਬਲ ਟੂ ਡੂ. ਬੇਸਿਕਲੀ ਵਟ ਹੀ ਸੇਇੰਗ ਇਜ਼ ਕਿ ਤੁਹਾਡਾ ਤਾਂ ਟਾਈਮ ਆ ਗਿਆ, ਹੁਣ ਤੁਸੀਂ ਮਰਨਾ. ਸੈਕਿੰਡ ਗੱਲ ਦੇਖੋ, ਦੀਪਾਂਕਰ ਗੁਪਤਾ ਇੱਕ ਲੀਡਿੰਗ ਸੋਸ਼ੀਓਲੋਜਿਸਟ ਹੈ ਇਸ ਵੇਲੇ ਦਾ, ਉਹ ਕਹਿ ਰਿਹਾ ਐਂਟਾਇਰ ਕਮਿਊਨਿਟੀ ਮੇਡ ਰਿਸਪੋਂਸੀਬਲ ਫੋਰ ਡਿਸੀਟਫੁਲ ਪੋਲੀਟਿਕਸ ਆਫ ਦਾ ਸੈਂਟਰ, ਨਾਟ ਪੋਲੀਟਿਕਸ ਆਫ ਦਾ ਸਿੱਖਸ. ਸੋ ਜਿਹੜੇ ਸਟੱਡੀ ਕਰ ਰਹੇ ਨੇ ਨਾ, JNU ਵਿੱਚ ਬੈਠੇ, ਇੰਡੀਆ ਦੀ ਪ੍ਰੀਮੀਅਰ ਯੂਨੀਵਰਸਿਟੀ ਮੰਨੀ ਜਾਂਦੀ ਹੈ ਇਸ ਵੇਲੇ, ਉਹ ਕੀ ਕਹਿ ਰਹੇ ਨੇ? ਰਿਪੋਰਟੇਜ ਔਨ ਇਵੈਂਟ ਸੈਂਟਰਡ ਅਰਾਊਂਡ ਦ ਵਿਵਿਡ ਪ੍ਰੋਟੋਟਾਈਪ ਆਫ ਦ ਸਿੱਖ ਪ੍ਰੋਵੋਕੇਟਰ. ਬੇਸਿਕਲੀ ਹੀ ਸੇਇੰਗ ਕਿ ਇੱਕ ਕੈਂਪੇਨ ਡਿਵੈਲਪ ਕੀਤੀ ਗਈ ਸੀ ਸਿੱਖਾਂ ਨੂੰ ਡਿਮੋਲਿਸ਼ ਕਰਨ ਲਈ. In fact,
this was a PR campaign. The company which was hired to do was called jehdi ajj kal oh Rediff Mail hagi na, Rediff, the Rediffusion is a Bombay based marketing agency. They were given 1 crore rupiah to create a dissemination campaign. ਤੇ ਤੁਸੀਂ ਦਿੱਲੀ ਦੇ ਪੇਪਰਾਂ ਵਿੱਚ ਉਹ ਦੇਖਦੇ ਹੋ ਐਡਵਰਟਾਈਜ਼ਮੈਂਟ ਕਿ ਇੱਕ ਸਿੱਖ ਡਰਾਈਵਰ ਬੈਠਾ ਕੈਬ ਡਰਾਈਵਰ ਤੇ ਥੱਲੇ ਕੁਐਸਚਨ ਲਿਖਿਆ ਜਾ ਰਿਹਾ ਡੂ ਯੂ ਟਰਸਟ ਹਿਮ ਇਹ ਹੈ ਡਿਸੈਮੀਨੇਸ਼ਨ ਕੈਂਪੇਨ ਪੂਰੀ ਦੁਨੀਆ ਵਿੱਚ ਟੈਰਰਿਸਟ ਬਣਾਤਾ ਸਾਨੂੰ ਦੇ ਸਪੈਂਡ ਮਨੀ ਐਂਡ ਟਾਈਮ ਡੂਇੰਗ ਇਟ ਯੂ ਨੀਡ ਟੂ ਸਪੈਂਡ ਮਨੀ ਐਂਡ ਟਾਈਮ ਕਾਊਂਟਰਿੰਗ ਇਟ ਇਟਸ ਅ ਬੈਟਲ ਆਫ ਆਈਡੀਆਸ ਆਫਟਰ ਡਿਨਰ ਸਪੀਚਸ ਵਿੱਚ ਨਹੀਂ ਇਹ ਕੰਪਲੀਟ ਹੋਊਗੀ ਸਿੱਖਾਂ ਨੇ ਜਿਹੜਾ ਸਾਨੂੰ ਸਿਖਾਇਆ ਗਿਆ ਜੇ ਸਾਨੂੰ ਬੜੀ ਗੁਰਬਾਣੀ ਦੀ ਨਹੀਂ ਸਮਝ ਸਿੱਧੇ ਲਫ਼ਜ਼ਾਂ ਵਿੱਚ ਸਾਨੂੰ ਸਿਖਾਇਆ ਗਿਆ ਤਨੋ ਮਨੋ ਤੇ ਧਨੋ ਸੇਵਾ ਕਰੋ ਤਨ ਦੀ ਅਸੀਂ ਫੇਰ ਵੀ ਸਾਨੂੰ ਸਿਖਾ ਦਿੱਤੀ ਥੋੜ੍ਹੀ ਬਹੁਤ ਕਰ ਵੀ ਲੈਂਦੇ ਹਾਂ ਜੋੜਿਆਂ ਵਿੱਚ ਤੇ ਲੰਗਰ ਵਿੱਚ ਧਨ ਦੀ ਵੀ ਸ਼ਰਮੋ ਬੇਸ਼ਰਮੀ ਕੱਢ ਦਈਦੀ ਹੈ ਕਦੇ ਕਦੇ ਮਨ ਦੀ ਤਾਂ ਬੰਦ ਹੀ ਕਰਤੀ 95% ਆਫ ਗੁਰਬਾਣੀ ਇਫ ਯੂ ਰੀਡ ਇਟ ਸ਼ਬਦ ਦੇ ਵਿੱਚ ਵਰਡ ਆਊਗਾ ਮਨ ਵਿਚ ਮੀਨਸ ਸਮਥਿੰਗ ਅਬਾਊਟ ਦਾ ਥੋਟਸ ਐਂਡ ਮਾਈਂਡ ਵਿਚ ਮੀਨਸ ਕਿ ਸੋਚੋ ਤਾਂ ਹੋ ਕੀ ਰਿਹਾ ਗੁਰੂ ਨਾਨਕ ਸਾਹਿਬ ਕਹਿ ਰਹੇ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ ਡਿਵੈਲਪ ਦਾ ਫੈਕਲਟੀਜ਼ ਆਫ ਮਾਈਂਡ ਅਸੀਂ ਜਦ ਅਚਨਚੇਤ ਹੈਗੇ ਹਾਂ ਜਦ ਸਾਡੀ ਸੁਰਤ ਨਹੀਂ ਜਾਗ ਰਹੀ ਤਾਂ ਸਾਨੂੰ ਸਾਡਾ ਰਿਲੀਜੀਅਸ ਤੇ ਪੋਲੀਟੀਕਲ ਲੀਡਰ ਹੋਰ ਕਰਪਟ ਕਰੀ ਜਾਓ ਦੇਸ਼ ਕਰਕੇ ਇਸ ਕਰਕੇ ਗੁਰੂ ਸਾਹਿਬਾਨ ਨੇ ਸਾਨੂੰ ਜਗਾਇਆ ਸੀ ਸੁਰਤ ਦੇ ਲੈਵਲ ਤੇ ਜਗਾਇਆ ਭਾਈ ਵੀਰ ਸਿੰਘ ਨੂੰ ਕਿਸੇ ਨੇ ਪੁੱਛਿਆ ਸੀ ਸਿੱਖੀ ਕੀ ਹੈ ਦੈਟਸ ਹਾਊ ਹੀ ਆਨਸਰਡ ਇਟ ਹੀ ਸੈਡ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ ਚੜ੍ਹਦੀ ਕਲਾ ਦੇ ਨਿਵਾਸ ਸਦਾ ਵਸਣਾ ਉਹ ਸੁਰਤ ਹੀ ਸਾਡੀ ਆ ਜਾਗੀ ਨਹੀਂ ਹੋਈ ਜਦ ਵੀ ਸਿੱਖਾਂ ਦੀ ਸੁਰਤ ਜਾਗੀ ਬਾਬਾ ਜਰਨੈਲ ਸਿੰਘ ਪਿੰਡਰਿਆਂ ਵਾਲਾ ਦਾ ਇੱਕ ਮੇਜਰ ਕੰਮ ਇਹ ਸੀਗਾ ਬਿਫੋਰ 1978 ਵੰਦਨਾ ਸ਼ਿਵਾ ਨੇ 3 ਪੇਜ ਲਿਖੇ ਨੇ ਵਾਟ ਡਿਡ ਹੀ ਡੂ ਵਾਈ ਡਿਡ ਹੀ ਬਿਕਮ ਪਾਪੂਲਰ ਅਸੀਂ ਵੀ ਆਪਣੇ ਲੀਡਰਸ ਬਾਰੇ ਨਾ ਪੂਰਾ ਨਹੀਂ ਖਿਆਲ ਰੱਖਦੇ ਜਿਵੇਂ ਬਾਬਾ ਦੀਪ ਸਿੰਘ ਨੂੰ ਅਸੀਂ ਇਹੀ ਲੈ ਲਿਆ ਉਹਨਾਂ ਨੇ ਜੀ ਖੰਡਾ ਖੜਕਾਇਆ ਸੀ ਇਟਸ ਅ ਡਿਸਸਰਵਿਸ ਨੋਟ ਟੂ ਨੋ ਵਟ ਹੀ ਡਿਡ ਬਿਫੋਰ ਦੈਟ ਕਿਉਂਕਿ ਗੁਰਬਾਣੀ ਵਿੱਚ ਆਇਆ ਲੱਖਾਂ ਲੋਕ ਧਰਮ ਦੇ ਨਾਂ ਤੇ ਆਪਣੀ ਜਾਨ ਦੇ ਦਿੰਦੇ ਆ ਡਜ਼ਨਟ ਮੀਨ ਦੇ ਆਰ ਗ੍ਰੇਟ ਸੋ ਵਟ ਲੱਖ ਸੂਰਤਨ ਸੰਗਰਾਮ ਰਣਮੈ ਛੁਟੈ ਪੁਰਾਣ ਯੂ ਮਸਟ ਨੋ ਕਿ ਪਹਿਲਾਂ ਕੀ ਕੀਤਾ ਕੀ ਕੀਤਾ ਪਹਿਲਾਂ ਬਾਬਾ ਦੀਪ ਸਿੰਘ 24 ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆਉਂਦੇ ਨੇ ਹੱਟਾ ਕੱਟਾ ਸਰੀਰ ਵੀ ਵਿਲ ਕਾਲ ਇਟ ਟੁਡੇਜ਼ ਰੈਂਬੋ ਗੁਰੂ ਗੋਬਿੰਦ ਪਾਤਸ਼ਾਹ ਲੁੱਕਸ ਐਟ ਹਿਮ ਐਂਡ ਸੇਜ਼ ਤੁਸੀਂ ਲਿਟਰੇਰੀ ਕੰਮ ਕਰੋ ਪੋਥੀਆਂ ਦਾ ਫਰੋਮ 24 to 82 ਹੀ ਇਜ਼ ਵਰਕਿੰਗ ਟੂ ਕ੍ਰੀਏਟ ਸੁਰਤ ਅਵੇਅਰਨੈਸ ਐਂਡ ਵੈਨ ਦਾ ਕੌਮ ਨੀਡਿਡ ਹੈਮ ਵੈਨ ਦਾ ਪੰਥ ਨੀਡਿਡ ਹੈਮ 82 ਸਾਲ ਦੀ ਉਮਰ 'ਚ ਖੰਡਾ ਖੜਕਾ ਕੇ ਸ਼ਹਾਦਤ ਪ੍ਰਾਪਤ ਕੀਤੀ ਦਿਸ ਇਜ਼ ਦਾ ਸਿੱਖ ਆਫ ਦਾ ਗੁਰੂ ਲੁੱਕ ਐਟ ਜਰਨੈਲ ਸਿੰਘ ਪਿੰਡਰਾਂ ਵਾਲੇ ਵੰਦਨਾ ਸ਼ਿਵਾ ਸੈਜ਼ ਦਾ ਰੀਜ਼ਨ ਹੀ ਬਿਕੇਮ ਪਾਪੂਲਰ ਸਪੈਸ਼ਲੀ ਇਨ ਮਾਲਵਾ ਐਂਡ ਸਪੈਸ਼ਲੀ ਅਮੰਗ ਵਿਮੈਨ ਬਿਕੋਜ਼ ਹੀ ਵਰਕਡ ਔਨ 3 ਥਿੰਗਸ ਐਂਟਾ ਪ੍ਰੋਨੋਗ੍ਰਾਫੀ ਐਂਟਾ ਇੰਟੋਕਸੀਕੈਂਟਸ ਐਂਡ ਅਮਰਤ ਛਕੋ 3 ਥਿੰਗਸ ਹੀ ਸੈਜ਼ ਹੀ ਵਾਜ਼ ਟੇਕਿੰਗ ਪੀਪਲ ਅਵੇ ਜਿਹੜੇ ਬੰਦੇ ਅਯਾਸ਼ ਹੋ ਗਏ ਸੀ ਜਿਹੜੇ ਪ੍ਰੋਨੋਗ੍ਰਾਫੀ ਬਲੂ ਫਿਲਮਸ ਵਿੱਚ ਦੇਖੀ ਜਾਂਦੇ ਸੀ ਜਿਹੜੇ ਨਸ਼ੇ ਕਰੀ ਜਾਂਦੇ ਸੀ ਉਹਨਾਂ ਨੂੰ ਉੱਥੋਂ ਹਟਾ ਕੇ ਸਿੱਖੀ ਵੱਲ ਲੈ ਕੇ ਗਏ ਦਿਸ ਇਜ਼ ਵਾਈ ਹੀ ਬਿਕੇਮ ਪਾਪੂਲਰ ਐਂਡ ਬਾਏ ਐਕਸੀਡੈਂਟ ਕਹਿ ਲਓ ਜਾਂ ਬਾਏ ਗ੍ਰੇਸ ਕਹਿ ਲਓ ਬਾਬਾ ਕਰਤਾਰ ਸਿੰਘ ਦਾ ਐਕਸੀਡੈਂਟ ਹੋਇਆ ਇੰਸਟੈਂਟੇਨੀਅਸ ਡਿਸੀਜਨ ਸੀਗਾ ਹੀ ਵਾਜ਼ ਨੋਟ ਐਕਸਪੈਕਟਿਡ ਟੂ ਬੀ ਦਾ ਲੀਡਰ ਹੀ ਬਿਕੇਮ ਅ ਨੈਸ਼ਨਲ ਸੀਨ ਗਾਇ ਬਟ ਹੀ ਹੈਡ ਡਿਵੈਲਪਡ ਹਿਮਸੈਲਫ ਅਸੀਂ ਐਵੇਂ ਨਾ ਉਹਨਾਂ ਨੂੰ ਬਣਾ ਦਈਏ ਛੋਟੇ ਮੋਟੇ ਐਂਗਲ ਤੋਂ ਕੁਛ ਗੱਲ ਹੈ ਉੱਥੇ ਕੰਮ ਕੀਤਾ ਹੀ ਇਜ਼ ਬਿਨ ਇਨ ਦ ਫੀਲਡਸ ਹੀ ਨੋਜ਼ ਵਟਸ ਰੋਂਗ ਵਿਦ ਪੰਜਾਬ ਐਂਡ ਵੈਨ ਹੀ ਕਮਸ ਔਨ ਦਾ ਸੀਨ ਇੱਥੇ ਜੋਇਸ ਪੈਟੇਗੁਰੂ ਤੁਹਾਡੇ ਰਹਿੰਦੀ ਹੈ ਅੱਜ ਕੱਲ੍ਹ ਸਕਾਟਲੈਂਡ 'ਚ ਉਹ ਬੀਬੀ ਨੇ ਬੜੇ ਐਸੇ ਲਿਖੇ ਨੇ ਸਿੱਖਾਂ ਬਾਰੇ ਪਿਛਲੇ 25 ਸਾਲਾਂ 'ਚ ਯੂ ਸ਼ੁਡ ਇਨਵਾਈਟ ਹਰ ਐਂਡ ਆਨਰ ਹਰ ਅਸੀਂ ਆਪਣੇ ਜਿਹੜੇ ਲੋਕ ਸਾਡੇ ਸਪੋਰਟਰ ਨੂੰ ਆਨਰ ਹੀ ਨਹੀਂ ਕਰਦੇ ਵੀਰੋਣੀ ਵੰਦੋਂ ਹੂ ਇਜ਼ ਰਾਈਟਿੰਗ ਗੁੱਡ ਫਾਰ ਅਸ ਉਹਨੂੰ ਮੈਂ ਪੁੱਛਿਆ ਇੱਕ ਵਾਰ ਅਮੈਰੀਕਨ ਐਂਥਰੋਪੋਲੋਜੀਕਲ ਐਸੋਸੀਏਸ਼ਨ ਦੀ ਮੀਟਿੰਗ 'ਤੇ ਟੈਲ ਮੀ ਸਮਥਿੰਗ ਦ ਗ੍ਰੇਟੈਸਟ ਸਿੱਖ ਯੂ ਹੈਵ ਮੈਟ 33 ਈਅਰ ਸ਼ੀ ਇਜ਼ ਸਪੈਂਡਿੰਗ ਸਟੱਡਿੰਗ ਸਿੱਖਸ ਨੋਟ ਅ ਸਮਾਲ ਫੀਟ ਪੰਜਾਬ ਵਿੱਚ ਰਹਿ ਕੇ ਯੂਨੋ ਉਹਨੇ ਮੈਨੂੰ ਕਿਸੇ ਹੋਰ ਦਾ ਨਾਂ ਲਿਆ ਆਈ ਵਾਜ਼ ਐਕਸਪੈਕਟਿੰਗ ਜਰਨੈਲ ਸਿੰਘ ਪਿੰਡਰਾਂ ਵਾਲੇ 97 ਦੀ ਗੱਲ ਆ ਐਸਟਰ ਵਾਈ ਡਿਡ ਯੂ ਸੇ ਜਰਨੈਲ ਸਿੰਘ ਕਹਿੰਦੀ ਯੂ ਆਸਕ ਮੀ ਅਬਾਊਟ ਅ ਮੈਨ ਹੀ ਵਾਜ਼ਨਟ ਅ ਮੈਨ ਹੀ ਕੁਡ ਸੀ ਥਰੂ ਯੂ ਕਹਿੰਦੀ ਉਹ ਤਾਂ ਤੁਹਾਡੇ ਵਿੱਚੋਂ ਦੇਖ ਲੈਂਦੀ ਤਾਂ ਨਜ਼ਰ ਹੀ ਇੰਨੀ ਤੇਜ਼ ਸੀਗੀ ਤੂੰ ਮੈਨੂੰ ਬੰਦਿਆਂ ਬਾਰੇ ਪੁੱਛ ਰਿਹਾ ਸੀ ਬੰਦਿਆਂ ਤੋਂ ਗਾਹਾਂ ਸੀ ਦਿਸ ਇਜ਼ ਐਨ ਐਂਥਰੋਪੋਲੋਜਿਸਟ ਐਟ ਬੈਲਫਾਸਟ ਯੂਨੀਵਰਸਿਟੀ ਟੈਲਿੰਗ ਮੀ ਐਂਡ ਸ਼ੀ ਇਜ਼ ਰਿਟਨ ਐਸ ਸੱਚ ਸਾਨੂੰ ਆਪਣੇ ਬੰਦੇ ਦੀ ਜਿਵੇਂ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਪਛਾਣਨੀ ਬੰਦਾ ਸਿੰਘ ਬਹਾਦਰ ਦੀ ਪਛਾਣਨੀ ਦਰਸ਼ਨ ਸਿੰਘ ਫੇਰੂ ਮਾਨ ਦੀ ਪਛਾਣਨੀ ਵੀ ਨੀਡ ਟੂ ਓਨ ਅਪ ਟੂ ਅਰ ਹੀਰੋਜ਼ ਐਂਡ ਅਰ ਸ਼ੀਰੋਜ਼ ਇਫ ਆਈ ਮੇ ਕਾਲ ਇਟ ਦੈਟ ਸਾਨੂੰ ਪਤਾ ਹੀ ਨਹੀਂ ਕਿੰਨੀਆਂ ਬੀਬੀਆਂ ਨੇ ਵੀ ਸ਼ਹਾਦਤਾਂ ਪ੍ਰਾਪਤ ਕੀਤੀਆਂ ਅਸੀਂ ਉਹਨਾਂ ਦੀ ਵੀ ਗੱਲਾਂ ਨਹੀਂ ਕਰਦੇ ਕਮਿੰਗ ਬੈਕ ਟੂ ਦਿਸ ਇੰਟਾਇਰ ਕਮਿਊਨਿਟੀ ਨੂੰ ਸ਼ਿਕਾਰ ਬਣਾਇਆ ਜਾ ਰਿਹਾ
ਪਤਵੰਤ ਸਿੰਘ ਨੇ ਤਾਂ ਇਸ ਲੈਵਲ ਤੇ ਕਰ ਲਿਖਤਾ ਯੂ ਕੈਨ ਰੀਡ ਦੇਅਰ ਬੇਸਿਕਲੀ ਨਿਊਜ਼ਪੇਪਰ ਇਨ ਇੰਡੀਆ ਓਨਲੀ ਪ੍ਰਿੰਟ ਦੋਸ ਥਿੰਗ ਵਿਚ ਪੀਐਮਓਜ਼ ਆਫਿਸ ਵਾਂਟ ਪੀਐਮਓ ਇਜ਼ ਪ੍ਰਾਈਮ ਮਿਨਿਸਟਰਜ਼ ਆਫਿਸ ਸੋ ਤੁਸੀਂ ਹਾਊ ਕੈਨ ਯੂ ਐਕਸਪੈਕਟ ਮੀਡੀਆ ਤੁਹਾਡੀ ਮਦਦ ਕਰੂ ਵੈਨ ਪੀਪਲ ਸੇ ਓ ਵੀ ਡੋਂਟ ਹੈਵ ਸਰਟਨ ਅਕਾਊਂਟਸ ਫਰੋਮ 1984 ਐਵਰੀਥਿੰਗ ਵਾਸ ਸਟੇਟ ਓਨਡ ਈਵਨ ਯੂ ਨੋ ਟੂਡੇ ਦ ਪੇਪਰਸ ਇਨ ਇੰਡੀਆ ਆਰ ਪਾਰਟੀ ਪੋਲੀਟਿਕਸ ਇੱਕ ਬੀਜੇਪੀ ਦਾ ਇੱਕ ਕਾਂਗਰਸ ਦਾ ਤੁਸੀਂ ਕੀ ਕਰੋਗੇ ਇੰਡੀਆ ਵਿੱਚ ਜੇ ਨਿਊਜ਼ ਦੇਖਣੀ ਹੋਵੇ ਉਹ ਥੋੜ੍ਹੀ ਬਹੁਤ ਕਦੇ ਕਦੇ ਦਾ ਹਿੰਦੂ ਪ੍ਰਿੰਟ ਕਰ ਦਿੰਦਾ ਠੀਕ ਜਾਂ ਤੁਹਾਨੂੰ ਏਸ਼ੀਅਨ ਏ ਜਿਹੜਾ ਸਿੰਗਾਪੁਰ 'ਚ ਐਡੀਟਰ ਬੈਠਾ ਜਾਂ ਦੁਬਈ 'ਚ ਬੈਠਾ ਉਹ ਪੜ੍ਹਨਾ ਪੈਂਦਾ ਬਹਿ ਕੇ ਇਫ ਯੂ ਰੀਅਲੀ ਵਾਂਟ ਟੂ ਰੀਡ ਸਮਥਿੰਗ ਯੂ ਕੈਂਟ ਫਿਗਰ ਆਊਟ ਵੇਅਰ ਕਿੱਥੇ ਅਨਬਾਇਸ ਇਨਫੋਰਮੇਸ਼ਨ ਮੈਨੂੰ ਇੱਕ ਮੈਗਜ਼ੀਨ ਲੱਭੀ ਹੈ ਪਿਛਲੇ ਕਈ ਸਾਲਾਂ 'ਚ ਇਟਸ ਕਾਲਡ ਸੈਮੀਨਾਰ ਮੰਥਲੀ ਨਿਕਲਦੀ ਹੈ ਉੱਥੋਂ ਦੇ ਹੈਵ ਡਨ ਟੂ ਇਸ਼ੂਜ਼ ਔਨ ਸਿੱਖਸ ਯੂ ਮਸਟ ਫਾਈਂਡ ਦੈਮ ਐਂਡ ਰੀਡ ਦੈਮ ਪੰਜਾਬ ਡਿਜੀਟਲ ਲਾਇਬ੍ਰੇਰੀ 'ਚ ਦੀ ਕਾਪੀਆਂ ਪਈਆਂ ਨੇ ਗੂਗਲ ਕਰਕੇ ਲੱਭ ਲਿਓ ਲੀਡਿੰਗ ਇੰਟਲੈਕਚੁਅਲਸ ਆਫ ਇੰਡੀਆ ਰਾਈਟਿੰਗ ਤੇ ਉਹਦਾ ਕੰਕਲੂਜਨ ਇੱਕ ਇਸ਼ੂ ਜਿਹੜਾ ਅਪ੍ਰੈਲ 1985 ਵਿੱਚ ਸੈਮੀਨਾਰ ਮੈਗਜ਼ੀਨ ਨੇ ਛਾਪਿਆ ਵੇਅਰ ਦਾ ਲੀਡਿੰਗ ਇੰਟਲੈਕਚੁਅਲਸ ਆਫ ਇੰਡੀਆ ਰੋਡ ਦ ਕੰਕਲੂਜਨ ਆਫ ਦ ਐਡੀਟਰ ਇਜ਼ ਇਟ ਵਾਜ਼ ਅ ਮਾਸਟਰ ਮਾਈਂਡ ਮਿਸਕੈਲਕੂਲੇਸ਼ਨ ਬਾਏ ਦ ਰੂਲਰਸ ਇਨ ਡੈਲੀ ਲੁੱਕ ਐਟ ਦ ਵਰਬੇਜ ਕਿ 84 ਚ ਜੋ ਹੋਇਆ ਉਹ ਜਿਹੜੇ ਰੂਲਰਸ ਨੇ ਨਾਟ ਈਵਨ ਗਵਰਨਮੈਂਟ ਉਹ ਕਹਿ ਰਿਹਾ ਕਹਿੰਦਾ ਕੋਈ ਰੈਪ੍ਰੈਜੈਂਟੇਸ਼ਨ ਨਹੀਂ ਸੀ ਇੱਥੇ ਇਟ ਵਾਜ਼ ਰੂਲਰਸ ਡਿਸਾਈਡਿਡ ਟੂ ਪਲੇ ਵਿਦ ਦ ਸਿੱਖਸ ਦੈਟਸ ਵਾਟ ਹੈਪਨਡ ਇਨ 84 We need to be aware of these things. How can we be aware of these things? Je sanu apni history da hi nahi pata lag reha. I'm coming towards the end. 84 bare do tin sawal sade samne bade ahem hage ne. First thing it should be very clear. Je sanu maarya ja reha, if we are being hunted, we are doing something right. This is our history. If you are not being hunted, you've already given up. This is our history. Every century you look at it, there have been governments, whether it was Lakhpat Rai, whether it was British government, Indian, you name it, Mughals. Whenever they hunted you because they want to make sure you don't think like your guru. Many people ask me, Harinder, what are you doing? What are you doing? So part of my answer has developed now. We are teaching our children how to talk like a Sikh. If anyone asks, what is the situation? We are going to get angry. ਰੈਟਰਿਕ ਬਣਾ ਲਈ ਹੈ ਵੀ ਆਰ ਟੀਚਿੰਗ ਆਰ ਚਿਲਡਰਨ ਹਾਊ ਟੂ ਐਕਟ ਲਾਈਕ ਅ ਸਿੱਖ ਗੁਰਦੁਆਰੇ ਆ ਮੱਥਾ ਟੇਕੀ ਦਾ ਕੋਈ ਬਜ਼ੁਰਗ ਆ ਜਾਵੇ ਥੋੜ੍ਹਾ ਦੇ ਵਿੱਚ ਪੂਰੇ ਹੱਥ ਵੀ ਨਹੀਂ ਲਾਓ ਬਟ ਵੀ ਆਰ ਨਾਟ ਟੀਚਿੰਗ ਆਰ ਚਿਲਡਰਨ ਹਾਊ ਟੂ ਥਿੰਕ ਲਾਈਕ ਅ ਸਿੱਖ ਜੱਸਾ ਸਿੰਘ ਆਲੂ ਵਾਲੀਆਂ ਨੂੰ ਇਹ ਸਿਖਾਇਆ ਸੀ ਯੂ ਨੋ ਆਰ ਵਾਈ ਆਮ ਮੈਂਸ਼ਨਿੰਗ ਬਿਕੋਜ਼ ਹੀ ਡੈਲਟ ਵਿਦ ਵੱਡਾ ਘੱਲੂਘਾਰਾ ਹੀ ਹੈਡ ਅ ਰਿਸਪੋਂਸ ਵਾਟ ਵਾਜ਼ ਹਿਸ ਟ੍ਰੇਨਿੰਗ ਸਾਡੇ ਵੱਡੇ ਤਾਂ ਇਹੀ ਨੇ ਹਿਸ ਟ੍ਰੇਨਿੰਗ ਵਾਜ਼ ਹਿਸ ਮਦਰ ਸਿੰਗਲ ਮਦਰ I want you to think at this ki sada kinna progressive religion si te assi ajj ki ban gaye ha koi puchda single mothers nu ajkal gurdware vich vi nahi puchde si ohdi kinne issues ne single mother comes to nawab kapoor singh and she goes to him ki mere munde nu train karo panthak banao this is the history ganda singh ne likhi hai jassa singh aloo waliya vich he has written the book in from punjabi university patiala and jassa singh aloo waliya is a kid ਉਹਦੀ ਗੁਰਬਾਣੀ ਦੀ ਪ੍ਰੋਨਾਉਂਸੀਏਸ਼ਨ ਚੰਗੀ ਨਹੀਂ ਆ ਅਤੇ ਆਲੇ ਦੁਆਲੇ ਸਿੱਖ ਉਹਦਾ ਮਜ਼ਾਕ ਉਡਾ ਰਹੇ ਨੇ ਕਹਿੰਦੇ ਇਹਨੂੰ ਪੰਜਾਬੀ ਵੀ ਨਹੀਂ ਆਉਂਦੀ ਆਪਾਂ ਵੀ ਇਹੀ ਕਰਦੇ ਹਾਂ ਇਹ ਨਹੀਂ ਦੇਖਦੇ ਕਿ ਉਹ ਸਿੱਖਣ ਦੀ ਕੋਸ਼ਿਸ਼ ਕਰ ਰਹੇ ਆ ਉਤਸਾਹ ਕੀ ਦੇਣਾ ਉਹ ਥੱਲੇ ਲਾ ਦਿੰਦੇ ਆ ਜੱਸਾ ਸਿੰਘ ਆਲੂ ਵਾਲੀਆ ਵੈਂਟ ਥਰੂ ਦਿਸ ਫੋਰ ਦੋਜ਼ ਆਫ ਯੂ ਹੂ ਫੀਲ ਦੈਟ ਕਮਿਊਨਿਟੀ ਬਿਲਡਲਸ ਯੂ ਡੋਂਟ ਵਰੀ ਯੂ ਨੀਡ ਟੂ ਬੀ ਕਲੀਅਰ ਵਟ ਯੂ ਆਰ ਵਰਕਿੰਗ ਔਨ ਹੀ ਕੀਪਸ ਲਰਨਿੰਗ ਅਤੇ ਗੰਡਾ ਸਿੰਘ ਲਿਖਦੇ ਨੇ ਜਾਂ ਤਾਂ ਉਹ ਪਾਠ ਸਿੱਖ ਰਹੇ ਨੇ ਫਿਰ ਉਹ ਕੀਰਤਨ ਸਿੱਖ ਰਹੇ ਨੇ ਜਾਂ ਉਹ ਸ਼ਸਤਰ ਵਿੱਦਿਆ ਬਿਕੋਜ਼ ਦੋਜ਼ ਵਰ ਦਾ ਨੀਡਸ ਆਫ ਦ ਟਾਈਮ They were being hunted. This is his training. And what does he do? He becomes the uncontested leader of the Sikh nation in 1760s. Unna da title siga Sultan ul Qaum. So if you want to serve among Sikhs, Sikhs are going to test you left and right. Guru Amar Das Pasha ne chhade unna da. Ki nahi bolya si. Guru Arjan Sahib nu Jahangir ne bhi kehta si. Tusi peeri de kam kari jao, meere de na karo. Did he stop? You know what happened? ਇਹੀ ਸਾਨੂੰ ਅੱਜ ਕੱਲ੍ਹ ਕਿਹਾ ਜਾਂਦਾ ਸਿਮਰਨ ਕਰੋ ਪੂਰਾ ਦਿਨ ਬਾਕੀ ਗੱਲਾਂ ਛੱਡੋ ਸਿਮਰਨ ਅਸੀਂ ਕਰਨਾ ਯਾਦ ਤਾਂ ਕਰਨਾ ਹੀ ਆ ਅਸੀਂ ਰੱਬ ਨੂੰ ਉਸ ਤੋਂ ਬਗੈਰ ਤਾਂ ਹਰ ਬਿਸਰਤ ਤੇਰੇ ਗੁਣ ਗਲਿਆ ਬਟ ਯਾਦ ਕਿਉਂ ਕਰਨਾ ਇਹ ਕੰਮ ਕਰਨ ਲਈ ਕਿ ਜਿਹੜੀ ਕਰਪਸ਼ਨ ਦੁਨੀਆ ਵਿੱਚ ਵੱਧ ਰਹੀ ਆ ਉਹਨੂੰ ਟੈਕਲ ਕਰਨਾ ਰਿਲੀਜੀਅਸ ਐਂਡ ਪੋਲੀਟੀਕਲ ਕਰਪਸ਼ਨ ਹਰ ਥਾਂ ਤੇ ਦੀਜ਼ ਆਰ ਦਾ ਟੂ ਬਿਗੈਸਟ ਕਰਪਸ਼ਨ ਤੁਹਾਨੂੰ ਪਤਾ ਹੁਣ ਅੱਜ ਕੱਲ੍ਹ ਪੂਰੀ ਮੈਂ ਬੰਗਲੌਰ ਵਿੱਚ ਸੀਗਾ ਜਦੋਂ ਕੋਈ ਮੇਰੇ ਨਾਲ ਗੁੱਸੇ ਨਾ ਹੋ ਜਾਵੇ ਬਟ ਤੁਹਾਡੀ ਮਰਜ਼ੀ ਹੈ ਜੇ ਹੋਣਾ ਹੋ ਵੀ ਲਿਓ ਉੱਥੇ ਉਹ ਸਾਈਂ
ਤੁਹਾਨੂੰ ਪਤਾ ਜਿਹੜਾ ਜਿਹਦੀ ਡੈਥ ਹੋ ਗਈ ਰੀਸੈਂਟਲੀ, ਵਨ ਆਫ ਦਾ ਬਿਗੈਸਟ ਫਰੋਡਸ ਟੂ ਹਿਟ ਇੰਡੀਆ, ਵਨ ਆਫ ਦੀ ਬਿਗੈਸਟ. ਦੇ ਆਰ ਇਨਵੈਸਟੀਗੇਟਿਵ ਰਿਪੋਰਟਸ ਔਨ ਹਿਮ ਬਾਈ ਸੈਵਰਲ ਪੀਪਲ. ਆਊਟਲੁੱਕ ਮੈਗਜ਼ੀਨ ਡਿਡ ਇਟ, ਰਾਹੁਲ ਸਿੰਘ ਡਿਡ ਇਟ, ਟਾਈਮਸ ਆਫ ਇੰਡੀਆ ਡਿਡ ਇਟ, ਬਟ ਦਾ ਵਰਲਡ ਥਿੰਕਸ ਗ੍ਰੇਟ ਆਫ ਹਿਮ, ਈਵਨ ਦਾ ਇੰਡੀਅਨ ਪ੍ਰਾਈਮ ਮਿਨਿਸਟਰ ਸ਼ੋਜ਼ ਅਪ. ਬਟ ਐਂ ਹੁੰਦਾ, ਭਾਈ ਗੁਰਦਾਸ ਨੇ ਦੱਸਿਆ ਸਾਨੂੰ ਇਹ ਸਾਵਣ ਦੀਆਂ ਭਮੀਰੀਆਂ ਨੇ. ਜਦ ਕਨਫਿਊਜ਼ਨ ਹੋਊਗਾ, ਬੜੇ ਲੋਕ ਸਪਿਰਿਚੁਅਲਿਸਟ ਬਣ ਜਾਂਦੇ ਨੇ. ਜਦ ਲੋੜ ਹੁੰਦੀ ਆ, ਉਸ ਵੇਲੇ ਕੌਣ ਰਿਸਪੋਂਸ ਦੇ ਰਿਹਾ? ਉਹ ਆ ਸਪਿਰਿਚੁਅਲ, ਉਹ ਆ ਰਿਲੀਜੀਅਸ. ਦਿਸ ਇਜ਼ ਵਾਈ ਦੇਰ ਵਾਜ਼ ਓਨਲੀ ਵਨ ਬਾਬਾ, ਦੇਰ ਵਾਜ਼ ਓਨਲੀ ਵਨ ਜਥੇਦਾਰ ਇਨ 84 ਐਂਡ ਹਿਸ ਪੀਪਲ ਹੂ ਵਰਕਡ ਵਿਦ ਹਿਮ. ਬਾਕੀ ਸਾਰੇ ਬਾਬੇ ਤਾਂ ਗਾਇਬ ਸੀਗੇ, ਉਹ ਤਾਂ ਭੌਰਿਆਂ ਵਿੱਚ ਸਮਾਧੀਆਂ ਕਰ ਰਹੇ ਸੀ, ਉਹ ਤਾਂ ਫਿਰ ਯੋਗੀ ਵੀ ਕਰਦੇ ਨੇ. ਸਾਡਾ ਫਰਕ ਕੀ ਹੈ ਫਿਰ ਉਹਨਾਂ 'ਤੇ? ਸਾਡਾ ਅਸੀਂ ਰਿਸਪੋਂਸ ਦੇਣਾ. ਸਾਨੂੰ ਇਹ ਨਹੀਂ ਸਿਖਾਇਆ ਗੁਰੂ ਨਾਨਕ ਸਾਹਿਬ ਨੇ ਕਿ ਸੱਚ ਬੋਲੋ, ਇਹ ਤਾਂ ਆਮ ਬੰਦੇ ਨੂੰ ਸਿਖਾਇਆ ਜਾਂਦਾ. ਸਿੱਖ ਨੂੰ ਸਿਖਾਇਆ ਸੱਚ ਸੁਣਾਈ ਸੀ ਸੱਚ ਕੀ ਵੇਲਾ, ਮੇਕ ਸ਼ੋਰ ਯੂ ਸਪੀਕ ਇਟ ਵੇਅਰ ਇਟਸ ਨੀਡਿਡ. ਬਾਅਦ ਵਿੱਚ ਸਾਰੇ ਇਕੱਠੇ ਹੋ ਜਾਂਦੇ ਕਿ ਮੈਨੂੰ ਪੁੱਛ ਲਿਓ. ਉਸ ਵੇਲੇ ਸੁਣਾਓ, ਉਸ ਵੇਲੇ ਰਿਸਪੋਂਸ ਦਿਓ. ਸਾਨੂੰ ਇਹ ਦੱਸਿਆ ਗਿਆ, ਯੂ ਕੈਨੋਟ ਲੀਵ ਦ ਫੀਲਡ ਵੈਨ ਯੂ ਹੈਵ ਆਲਰੇਡੀ ਡਿਕਲੇਅਰਡ ਦੈਟ ਯੂ ਆਰ ਵਰਕਿੰਗ ਔਨ ਦਿਸ ਕੌਜ਼. ਪੁਰਜਾ ਕਟਮਰ ਹੈ, ਕਬੂ ਨਾ ਛਾਡੇ ਖੇਤ, ਅਸੀਂ ਪੜ੍ਹਦੇ ਹਾਂ, ਬਟ ਜਿਹੜਾ ਕਰ ਰਿਹਾ ਉਸ 'ਤੇ ਫਿਰ ਸ਼ੰਕੇ ਕਰੀ ਜਾ ਰਹੇ ਹਾਂ. ਇਹ ਤਾਂ ਸਾਡਾ ਇਸ਼ੂ ਬਣ ਗਿਆ, ਸਰਕਾਰ ਨੇ ਤਾਂ ਕਰਨਾ ਹੀ ਆ, ਅਸੀਂ ਕਦੇ ਬੰਦ ਕਰਾਂਗੇ? ਵੈਨ ਵਿਲ ਵੀ ਓਨ ਅਪ ਟੂ ਆਰ ਲੀਡਰਸ, ਦ ਰੀਅਲ ਲੀਡਰਸ, ਦ ਵਨਸ ਹੂ ਫੋਲੋ ਗੁਰਬਾਣੀ? ਵੀ ਮਾਈਟ ਡਿਸਐਗਰੀ ਵਿਦ ਦੈਮ ਹਾਊ ਦੇ ਇੰਟਰਪ੍ਰੀਟ ਗੁਰਬਾਣੀ ਔਰ ਹਾਊ ਦੇ ਪ੍ਰੋਨਾਊਂਸ ਸਰਟਨ ਪਾਰਟ, ਬਟ ਦੇ ਆਰ ਸਮਾਲਰ ਇਸ਼ੂਸ. ਦ ਬਿਗਰ ਇਸ਼ੂ ਇਨ ਲਾਈਫ ਇਜ਼ ਦ ਵਨ ਹੂ ਲਿਵਸ ਇਟ. ਅਤੇ ਜਿਹੜਾ ਜੀ ਰਿਹਾ ਉਹ 'ਤੇ ਸ਼ੰਕੇ ਬੰਦ ਕਰੋ. ਜਿਹੜਾ ਸਭ ਕੁਛ ਹੀ ਦੇ ਗਿਆ ਆਪਣਾ, ਉਹਨੂੰ ਕ੍ਰਿਟੀਕ ਕਰੀ ਜਾ ਰਹੇ ਹਾਂ. ਕੱਲ੍ਹ ਮੈਂ ਕਿਤੇ ਲੈਕਚਰ ਕਰ ਰਿਹਾ ਸੀ, ਮੈਂ ਉੱਥੇ ਵੀ ਇਹ ਗੱਲ ਕਹੀ ਕਿ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕਿਤੇ ਨਹੀਂ ਗੁਰੂ ਨਾਨਕ ਸਾਹਿਬ ਨੇ ਕਿਹਾ ਆਓ ਅਤੇ ਖੇਡ ਨੂੰ ਦੇਖੋ, ਆਓ ਅਤੇ ਖੇਡ ਦਾ ਵਿਸ਼ਲੇਸ਼ਣ ਕਰੋ. ਬਟ ਇਹ ਜ਼ਰੂਰ ਕਿਹਾ ਆਓ ਖੇਡੋ. ਅਸੀਂ ਖੇਡਣਾ ਬੰਦ ਕਰਤਾ. ਵੀ ਹੈ ਮੇਡ ਸਿੱਖੀ ਆ ਸਪੈਕਟੇਟਰ ਸਪੋਰਟ, ਬਿਕੋਜ਼ ਦੈਟਸ ਵਾਟ ਦ ਵਰਲਡ ਡਸ ਮੋਸਟਲੀ. ਅਸੀਂ ਵੀ ਦੇਖ ਰਹੇ ਹਾਂ ਤਮਾਸ਼ਾ. ਸਾਨੂੰ ਤਾਂ ਬੁਲਾਇਆ ਸੀ, ਕਮ ਪਲੇ ਇਟ, ਦਿਸ ਇਜ਼ ਦ ਗੇਮ ਆਫ ਲਵ, ਬਟ ਵੀ ਸਟੋਪ ਪਲੇਇੰਗ, ਸੋ ਵੀ ਵਾਂਟ ਟੂ ਵਾਚ ਇਟ. ਐਂਡ ਜੇ ਤੁਸੀਂ ਵਾਚ ਕਰਨਾ ਕਰੀ ਜਾਓ, ਬਟ ਦਿਸ ਇਜ਼ ਨੋਟ ਵਟ ਗੁਰੂ ਨਾਨਕ ਹੈਜ਼ ਸੈਂਡ ਦ ਇਨਵੀਟੇਸ਼ਨ ਫੋਰ. ਦੋਜ਼ ਹੂ ਪਲੇ ਵੀ ਰਿਮੈਂਬਰ ਦਮ ਇਨ ਅਰਦਾਸ, ਨੋਟ ਦੋਜ਼ ਹੂ ਫੰਡ ਇਟ, ਨੋਟ ਦੋਜ਼ ਹੂ ਇਮੋਸ਼ਨਲੀ ਸਪੋਰਟਿਡ ਓਨਲੀ, ਦੋਜ਼ ਹੂ ਪਲੇ ਇਟ. ਕੀਪ ਦਿਸ ਇਨ ਮਾਇੰਡ. ਅਤੇ ਉਹ ਕਦੇ ਵੀ ਮਜੋਰਿਟੀ 'ਚ ਨਹੀਂ ਰਹੇ. ਗੁਰਗੋਬਿੰਦ ਪਾਤਸ਼ਾਹ ਨੇ ਵੀ ਉਹ ਦਿਨ ਦੇਖਿਆ ਜਦ ਲੈਸ ਸਿੱਖ ਨੇ ਕਰਨਾਲ ਦੇ ਲਾਗੇ ਘੋੜਾ ਰੋਕ ਕੇ ਕਿਹਾ ਮੇਰੀ ਤਨਖਾਹ ਦਿਓ, ਮੈਂ ਵੀ ਚੱਲਿਆ. ਉਸ ਤੋਂ ਬਾਅਦ ਉਹ ਮਾਛੀਵਾੜੇ ਪਹੁੰਚੇ ਸੀ. ਕੌਮ ਨੇ ਉਹ ਦਿਨ ਦੇਖਿਆ ਅਤੇ ਹੁਣ ਤਾਂ ਅਸੀਂ ਕਿਤੇ ਗਾਂ ਆਏ ਹਾਂ. ਦੀ ਓਨਲੀ ਇਸ਼ੂ ਟੂਡੇ ਇਜ਼ ਵਟ ਯੂ ਐਂਡ ਆਈ ਨੀਡ ਟੂ ਡੂ. ਐਂਡ ਵਨ ਕੁਐਸਚਨ ਯੂ ਮਾਈਟ ਬੀ ਐਸਕਿੰਗ, ਵਾਈ ਡੂ ਦੀਸ ਥਿੰਗਸ ਹੈਪਨ ਟੂ ਸਿੱਖਸ? ਆਈ ਵਾਂਟ ਟੂ ਟਾਕ ਅਬਾਊਟ ਦੈਟ ਐਂਡ ਦੈਨ ਆਈਲ ਫਿਨਿਸ਼ ਇਟ. ਵਾਈ ਦਾ ਆਂਸਰ ਕਰਨਾ ਬਹੁਤ ਔਖਾ, ਬਟ ਇਹਦਾ ਸਿੱਖ ਇੰਸਪੀਰੇਸ਼ਨ ਤੋਂ ਆਂਸਰ ਦੇਣਾ ਸੌਖਾ. ਵਿਸ਼ਲੇਸ਼ਣ ਵਾਲਾ ਐਨਾਲਿਟਿਕ ਆਂਸਰ ਔਖਾ ਹੈਗਾ, ਬਿਕੋਜ਼ ਦੇਰ ਸੋ ਮੈਨੀ ਥਿਊਰੀਜ਼ ਆਊਟ ਦੇਅਰ. ਅਮੀਨ ਇੱਕ ਥਿਊਰੀ ਤਾਂ ਇਹ ਵੀ ਬਣਾਤਾ ਕਿ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਕਾਂਗਰਸ ਦੇ ਏਜੰਟ ਹੁੰਦੇ ਸੀ. ਕਿੰਨੀ ਪਾਪੂਲਰ ਹੈ ਇਹ ਥਿਊਰੀ. ਆਈ ਵੈਂਟ ਟੂ ਮਾਈਨੋਰਟੀ ਕਮਿਸ਼ਨ, ਤੁਹਾਡੀ ਸਟੇਜ 'ਚ ਪਿਛਲੇ ਸਾਲ ਬੋਲਦੇ ਸੀ ਤ੍ਰਿਲੋਚਨ ਸਿੰਘ ਇੱਥੇ. ਆਈ ਵੈਂਟ ਟੂ ਹਿਮ, ਮੈਂ ਕਿਹਾ ਕੀ ਚੱਲ ਰਿਹਾ ਹੈਗਾ, ਯੂ ਹੈਵ ਬੀਨ ਅ ਪੀ ਏ ਦੇਅਰ, ਵਟ ਇਜ਼ ਦਾ ਸਟੋਰੀ? ਹੀ ਰੋਟ ਐਨ ਆਰਟੀਕਲ, ਦੇਖਿਓ ਉਸ ਆਰਟੀਕਲ 'ਚ, ਐਂਡ ਹੀ ਸੈਜ਼ ਦੈਟ ਗਿਆਨੀ ਜੈਲ ਸਿੰਘ ਨੈਵਰ ਮੈਟ ਹਿਮ. ਦੇਰ ਇਜ਼ ਵਨ ਪਿਕਚਰ, ਦਿਸ ਇਜ਼ ਵਾਈ ਵੀ ਨੀਡ ਟੂ ਨੋ ਵਟ ਇਜ਼ ਹੈਪਨਿੰਗ. ਹੀ ਸੈਜ਼ ਦੇਰ ਇਜ਼ ਵਨ ਪਿਕਚਰ ਜਿੱਥੇ ਬਾਬਾ ਜਰਨੈਲ ਸਿੰਘ ਐਂਡ ਗਿਆਨੀ ਜੈਲ ਸਿੰਘ ਆਰ ਸਿਟਿੰਗ ਕਲੋਸ. ਦੈਟ ਪਿਕਚਰ ਇਜ਼ ਜਿੱਥੇ ਗਿਆਨੀ ਜਥੇਦਾਰ ਸੰਤੋਖ ਸਿੰਘ ਦਾ ਭੋਗ ਸੀ ਦਿੱਲੀ ਵਿੱਚ. ਕਹਿੰਦੇ ਉੱਥੇ ਉਹ ਇਕੱਠੇ ਬੈਠੇ ਨੇ, ਕਿਸੇ ਨੇ ਪਿਕਚਰ ਲੈ ਲਈ. ਇਸ ਦਿਸ ਇਜ਼ ਦਾ ਐਵੀਡੈਂਸ ਦੈਟ ਦੇ ਵਰਕ ਟੂਗੈਦਰ. ਹੁਣ ਭੋਗ 'ਤੇ ਤਾਂ ਤੁਹਾਨੂੰ ਪਤਾ ਹੋਣਾ, ਪੰਜਾਬੀ ਸਾਈਕੀ ਵਿੱਚ, ਸਿੱਖ ਸਾਈਕੀ ਵਿੱਚ, ਬੰਦਾ ਵਿਆਹ 'ਤੇ ਨਹੀਂ ਜਾਊ ਬਟ ਭੋਗ 'ਤੇ ਜ਼ਰੂਰ ਜਾਂਦਾ, ਕਿਉਂਕਿ ਗਿਆਨੀ ਗਿਆਨੀ ਨਹੀਂ ਜਥੇਦਾਰ ਸੰਤੋਖ ਸਿੰਘ, ਵਟ ਐਵਰ ਹੀ ਮਾਈਟ ਬੀ, ਹੀ ਵਾਜ਼ ਅ ਸਿੱਖ ਆਫ ਐਂਡ ਆਫ ਇੰਦਰਾ ਗਾਂਧੀ, ਬਟ ਹੀ ਡਿਲੀਵਰਡ ਆਲ ਦਾ ਗੁਰਦੁਆਰਾਸ ਆਫ ਦਿੱਲੀ ਟੂਡੇ, ਜਿਹੜੀ ਵੀ ਸਪੇਸ ਹੈਗੀ, ਨਹੀਂ ਤਾਂ ਇਹਨਾਂ ਤਾਂ ਖਤਮ ਕਰ ਦੇਣੀ ਅਸੀਂ ਸਾਰੀਆਂ ਸਪੇਸਿਸ. ਹੀ ਡਿਲੀਵਰਡ ਈਵਨ ਦੋ ਹੀ ਵਾਜ਼ ਅ ਕਾਂਗਰਸ ਗਾਇ. ਐਂਡ ਜਰਨੈਲ ਸਿੰਘ ਬਾਬਾ ਜੀ ਉੱਥੇ ਬੈਠੇ ਨੇ, ਭੋਗ 'ਤੇ ਗਏ ਨੇ. ਹੀ ਵਾਜ਼ ਨੋਟ ਅ ਏਜੰਟ. ਵਾਈ ਡੂ ਵੀ ਮੇਕ ਐਵਰੀ ਵਨ ਟੂ ਬੀ ਅ ਏਜੰਟ? ਅਸੀਂ ਛੇਤੀ ਛੇਤੀ ਮੰਨ ਵੀ ਲੈਂਦੇ ਹਾਂ. ਤੁਸੀਂ ਉਹ ਬੰਦੇ ਦੀ ਦਾਤ ਦਿਓ ਕਿ ਉਹ ਦੇਖ ਰਿਹਾ ਕੀ ਚੱਲ ਰਿਹਾ, ਉਹ ਚੁਣੌਤੀ ਦੇ ਰਿਹਾ, ਉਹ ਸਿੱਖਾਂ ਨੂੰ ਇੰਸਪਾਇਰ ਕਰ ਰਿਹਾ ਕਿ ਹਰ ਲੈਵਲ ਦਾ ਸਿੱਖ ਆ ਰਿਹਾ, ਹਰ ਲੈਵਲ ਦਾ ਸਿੱਖ ਨਸ਼ੇ ਛੱਡ ਰਿਹਾ. ਇਹ ਨਹੀਂ ਦੇਖਦੇ ਅਸੀਂ, ਹੋਰ ਗੱਲਾਂ ਫਟਾਫਟ ਮੰਨੀ ਜਾ ਰਹੇ ਹਾਂ. ਸੋ ਵਾਈ ਡਸ ਦਿਸ ਹੈਪਨ? ਮੈਂ ਅਰਲੀਅਰ ਗੱਲ ਕੀਤੀ ਸੀ, ਇਹ ਇਸ ਕਰਕੇ ਹੁੰਦਾ, ਸਿੱਖਾਂ ਨੂੰ ਇਸ ਕਰਕੇ ਮਾਰਿਆ ਜਾ ਰਿਹਾ ਬਿਕੋਜ਼ ਵੀ ਆਰ ਅ ਥ੍ਰੈਟ ਟੂ ਅਸਟੈਬਲਿਸ਼ ਡੋਮੀਨੇਟਿੰਗ ਸਿਸਟਮ, ਵੀ ਆਲਵੇਜ਼ ਹੈਵ ਬੀਨ. ਤਾਂ ਹੀ ਟੈਗੋਰ ਪੁੱਠਾ ਲਿਖ ਰਿਹਾ, ਉਹਨੂੰ ਹੈ ਕਿ ਵੇਦਾਂ ਤੋਂ ਗਾਹਾਂ ਕਿਵੇਂ ਆ ਗਈ ਗੱਲ,
Puran Singh bhi yahi likhda, and I want to show you a report from the British government. Itthe tuhade main itthe 5 saal pehla mainu labbi si gi, and let me show it here. Read this. 1911 di yeh criminal intelligence report hai. So this is not a Sikh opinion, but a British opinion ki ho rya Sikha naal. 100 saal pehla. Remember our Gurdwara us vele bhi corrupt si, jathedar bhi corrupt si, unne General Dyer nu bula ke sropa bhi ditta si unna de naal. Unna de naal yeh chal rya, te aj bhi edda nahi kuch hai. Hinduism has always been hostile to Sikhism, whose gurus powerfully and successfully attacked the principles of caste, which is the foundation on which the whole fabric of Brahmanism has been reared. The activities of Hindus have therefore been constantly directed to the undermining of Sikhism, both by preventing the children of Sikh fathers from taking pahal and by reducing professed Sikhs from their allegiance to their faith. Hinduism has strangled Buddhism, once a formidable rival to it, and it has already made serious inroads into the domain of Sikhism. Iqbal di ek poem hai. Vakt ki parwaah karo nadan, musibat aane wali hai. Teri barbaadiyon ke kisse hain aasmanon mein. Ye sanu chetavani de rahe hai. This is what 100 years ago they're telling us. We are not against Hindus. He's explaining what is happening. So if you see disunity in Gurdwaras, because this is all, he says serious inroads 100 years ago. Os vele te es vele da koi khas farak nahi hai. This is the battle. The battle is allegiance to their faith is being broken. 1995 tikkar Sikhan da kaal tak badi bari dhaya gaya si. But eh pehli war history choya that average Sikh now ridicules Akal Takht and its office. Asi jathe dara da mazak banata udhar to baad. Us to pehla kade nahi hoya saadi history. This is a bigger demolishing. Sada control and command center sade hach ni te asi je sade matlab da hukumnama aa jave jathedar vadiya je nahi aave ta oh maada. See how it's working to demolish in our psyche. Cheve paadshah vele keha janda si takht is where the guru is. Sikh kade nahi ghabraye je akal takht nu dheri karta. But jad akal takht sade mana vich hi dheri ho gaya asi gaye. And ye ho rya aaj. ਕਿੰਨਾ ਮਜ਼ਾਕ ਬਣ ਗਿਆ ਉਸ ਆਫਿਸ ਦਾ ਤੁਹਾਡੇ ਸਾਹਮਣੇ ਆ ਸਾਡੀ ਸ਼ਰਧਾ ਸਾਡੀ ਅਲੀਜੈਂਸ ਅਲੀਜੈਂਸ ਇਜ਼ ਅ ਵੈਰੀ ਪਾਵਰਫੁਲ ਵਰਡ ਅਲੀਜੈਂਸ ਇਜ਼ ਵਾਟ ਡੂ ਯੂ ਡੂ ਵੈਨ ਦਾ ਪੁਸ਼ ਕਮਸ ਟੂ ਸ਼ਵ ਹਾਊ ਡੂ ਯੂ ਡਿਸਾਈਡ ਔਨ ਕ੍ਰਿਟੀਕਲ ਥਿੰਗਸ ਰਣਜੀਤ ਸਿੰਘ ਵੇਲੇ ਵੀ ਜੇ ਹੁਕਮਨਾਮਾ ਉੱਥੋਂ ਨਿਕਲਦਾ ਸੀ ਜਿਹੜੇ ਰਣਜੀਤ ਸਿੰਘ ਲਈ ਕੰਮ ਵੀ ਕਰਦੇ ਸੀ ਮਹਾਰਾਜੇ ਲਈ ਉਹਨੂੰ ਸਲੋਟ ਨਹੀਂ ਕਰਦੇ ਸੀ ਇਹ ਹੁੰਦੀ ਹੈ ਅਲੀਜੈਂਸ ਅੰਮ੍ਰਿਤ ਛਕਣ ਦਾ ਮਤਲਬ ਇਹ ਹੁੰਦਾ ਸੀ ਹੁਣ ਅਸ ਮੈਂ ਆਵਾਂ ਤੁਹਾਡੇ ਤੇ ਮੇਰੇ ਵੱਲ ਸੋਲੂਸ਼ਨਸ ਕੀ ਨੇ ਟੂਡੇ When we take Amrit, please try to understand this. Mind na karo is galda. Main attempt de reha, samjhan ki chal reha. Today when we take Amrit, we don't even give allegiance to the Guru. We are giving allegiance to our jathe bandi. Khatam ho gayi gal utthe hi. Panth was one. Panth wasn't ki ye jattaan da, ye taksalaan da, ye missionaryaan da, ye ramgadiyan da, ye papiyan da. ਇਹ ਤਾਂ ਖਤਮ ਕੀਤਾ ਸੀ ਕੰਮ ਰਤਨ ਸਿੰਘ ਭੰਗੂ ਰਾਈਟਸ ਲਾਈਕ ਦਿਸ ਆਈ ਵਾਂਟ ਟੂ ਰਿਪੀਟ ਦੋਜ਼ ਲਾਈਨਸ ਹੇਅਰ ਹੀ ਰੈਸ ਕਿ ਹੂ ਜੁਆਇਨਡ ਦ ਫੋਰਸਿਸ ਆਫ ਦ ਗੁਰੂ ਨਾਟ ਦ ਐਸਟੈਬਲਿਸ਼ਮੈਂਟ ਬਟ ਜਿਹੜੇ ਅੰਡਰਡੌਗ ਸੀਗੇ ਕੌਣ ਸੀ ਅੰਡਰਡੌਗਸ ਹੀ ਰਾਈਟਸ ਇਹ ਜੱਟ ਬੂਟ ਨਾਈ ਤਰਖਾਣ ਲੰਬੀ ਲਿਸਟ ਹੈ ਉੱਥੇ ਫਿਰ ਬਾਅਦ ਚ ਜਾ ਕੇ ਕਹਿੰਦਾ ਇਨ ਗਰੀਬ ਸਿੰਘਨ ਕੋ ਦੇ ਪਾਤਸ਼ਾਹੀ ਇਹ ਯਾਦ ਰੱਖੇ ਹਮਰੀ ਗੁਰਿਆਈ ਟੂਡੇ ਅਸੀਂ ਉਹ ਗੁਰਿਆਈ ਭੁੱਲ ਗਏ ਹਾਂ ਆਪਣੇ ਆਪਣੇ ਪੰਥ ਬਣਾ ਲਏ ਫਿਰ ਗੁਰੂ ਕੀ ਕਰੇ ਕਿੱਥੋਂ ਬੌੜੀ ਹੋਵੇ ਕਿੱਥੋਂ ਤਰੁੱਠੇ ਹੋ ਬਿਕੋਜ਼ ਦ ਵਨ ਪੰਥ ਬੈਨਰ ਨਾਓ ਲੁੱਕ ਐਟ ਬਾਬਾ ਜਰਨੈਲ ਸਿੰਘ ਨਾਓ ਲੁੱਕ ਐਟ ਬਾਬਾ ਬੰਦਾ ਸਿੰਘ ਬਹਾਦਰ ਦੇ ਮਾਈਟ ਇੰਡੀਵਿਜੁਅਲੀ ਬੀ ਇੰਪਰਫੈਕਟ ਬਟ ਦੇ ਹੈਡ ਦ ਇੰਸਪੀਰੇਸ਼ਨ ਟੂ ਬ੍ਰਿੰਗ ਦ ਪੰਥ ਟੁਗੈਦਰ ਨਾਟ ਦੇਅਰ ਓਨ ਪੀਪਲ ਟੁਗੈਦਰ ਦਿਸ ਇਜ਼ ਵਾਟਸ ਨੀਡਿਡ ਟੁਡੇ ਵੈਨ ਵੀ ਟੇਕ ਅੰਮ੍ਰਿਤ You know, earlier we used to say, ajkal vi kehne allegiance vele, sada pyo Guru Gobind Singh Maharaj, sadi mata, mata sahib kaur, sada pin Anandpur sahib. Keh dinne ha, but we don't feel it. We don't feel it. You know why? Jehda eh kehnda si pehla, oh full-time revolutionary ban janda si. Doesn't matter what the world thinks, they will do what's needed. Today, aaj jinne bande amra chak rahe ne, dekha dekhi ho rahe ho bahut. ਉਹ ਕੀ ਕਰ ਰਹੇ ਨੇ ਸਭ ਤੋਂ ਵੱਡੇ ਡਰਪੋਕ ਨੇ
This is a reality. We are a by design hoya. ਐਵੇਂ ਨਹੀਂ ਇੰਨੀਆਂ ਪਹੁਲਾਂ ਸ਼ੁਰੂ ਹੋ ਗਈਆਂ, ਐਵੇਂ ਨਹੀਂ ਹੈਲੀਕਾਪਟਰ ਬਾਬਾ ਆ ਗਿਆ ਕਿ ਮੈਂ ਲੋਕਾਂ ਦਾ ਅੰਮ੍ਰਿਤ ਚੁਕਾਉਣਾ. ਇਟ ਵਾਜ਼ ਨੈਵਰ, ਨੋ ਗੁਰੂ ਸੈਡ ਕਿ ਇੰਨੇ ਬੰਦੇ ਚੁਕਾਓ ਅੰਮ੍ਰਿਤ. ਇਨਫੈਕਟ ਸਾਡੇ ਕੋਲ ਤਾਂ ਭਾਈ ਮੰਝ ਵਰਗੀਆਂ ਸਾਖੀਆਂ ਨੇ ਜਿੱਥੇ ਗੁਰੂ ਅਰਜਨ ਸਾਹਿਬ ਪੁੱਛ ਰਹੇ ਨੇ ਕਿਉਂ ਕਿਉਂ ਮੰਨਣਾ ਤੂੰ ਸਿੱਖ. ਸਾਸੀ ਕੋਈ ਆ ਜਾਵੇ ਨਾ ਅੰਮ੍ਰਿਤ ਛਕਣ, ਕਹਿੰਦੇ ਫਟਾਫਟ ਕਰੋ ਭੱਜਣਾ ਜਾਵੇ, ਪੁੱਠਾ ਬਣਾ ਤਾ ਕੰਮ. ਬਿਕੋਜ਼ ਦਾ ਆਈਡੀਆ ਆਫ ਵਨ ਪੰਥ ਇਜ਼ ਨੋਟ ਕਲੀਅਰ, ਆਈਡੀਆ ਆਫ ਅਰ ਥੀਸਿਸ ਇਜ਼ ਨੋਟ ਕਲੀਅਰ, ਵਾਈ ਵੀ ਆਰ ਅ ਸਿੱਖ. ਸੋ ਅੰਮ੍ਰਿਤ ਛਕਣ ਵਾਲਾ ਹੁੰਦਾ ਸੀ ਜਿਹੜਾ ਫੁੱਲ ਟਾਈਮ ਰੈਵੋਲੂਸ਼ਨਰੀ ਬਣ ਗਿਆ. ਇਹ ਮਿਸਾਲ ਹੁੰਦੀ ਸੀ, ਇਹ 25 ਸਾਲ ਪਹਿਲਾਂ ਵੀ ਅਤੇ ਹੁਣ ਵੀ ਹੈ. ਇਹਨੂੰ ਇਹਨਾਂ ਨੇ ਕਿ ਹੁਣ ਨਹੀਂ ਹੈਗੇ, ਇਹੋ ਜਿਹੇ ਹੈਗੇ ਨੇ ਬਟ ਬੜੇ ਘੱਟ ਨੇ. ਹੋਇਆ ਇਹ ਕਿ ਜਿਹੜੇ ਕਿਸੇ ਚੀਜ਼ ਨੂੰ ਜੇ ਤੁਸੀਂ ਮਾਰਨਾ ਹੋਵੇ, ਦੋ ਹੀ ਤਰੀਕੇ ਨੇ ਉਹਨੂੰ ਮਾਰਨ ਦੇ. ਪੁਰਾਣੇ ਸ਼ੰਕਰਾਚਾਰਿਆ ਦੀ ਸੋਚ ਆ, ਪਹਿਲੇ ਸ਼ਾਸਤਰ ਸੇ ਮਾਰੋ, ਬਚ ਜਾਏ ਤੋ ਸ਼ਸਤਰ ਸੇ ਮਾਰੋ. ਸੋ ਪਹਿਲਾਂ ਰਿਲੀਜੀਅਸ ਡਿਲੂਸ਼ਨ ਪੈਦਾ ਕਰੋ, ਕੌਨਫਲਿਕਟਸ ਪੈਦਾ ਕਰੋ. ਇਹਨੇ ਭੰਬਲ ਭੂਸੇ ਵਿੱਚ ਫਸ ਜਾਵੇ ਸਿੱਖ, ਇਹ ਕਰਾਂ ਕਿ ਇਹ ਕਰਾਂ. ਗੁਰਬਾਣੀ ਕਹਿੰਦੀ ਹੈ ਗੁਰੂ ਦਾ ਰੋਲ ਆ ਭਰਮ ਕੇ ਪੜ੍ਹਦੇ ਸਤਿਗੁਰ ਖੋਲੇ. ਉਹ ਪੜ੍ਹਦੇ ਅਸੀਂ ਖੋਲ ਨਹੀਂ ਰਹੇ ਗੁਰੂ ਕੋਲ ਆ ਕੇ, ਹੋਰ ਭਰਮ ਪੈਦਾ ਕਰੀ ਜਾਂਦਾ ਦਰਬਾਰ ਸਾਹਿਬ 'ਚ ਵੀ ਆ ਕੇ. ਲੁੱਕ ਐਟ ਵਟ ਗੁਰਬਾਣੀ ਸੈਸ, ਗੁਰੂ ਇਜ਼ ਹੇਅਰ ਟੂ ਕਲੀਅਰ ਦ ਡਾਊਟਸ ਇਨ ਅਰ ਮਾਈਂਡਸ. ਵੀ ਹੈਵ ਮੋਰ ਡਾਊਟਸ. ਐਂਡ ਜਦ ਸ਼ਾਸਤਰ ਨਾਲ ਕਮਜ਼ੋਰ ਹੋ ਗਿਆ, ਤਾਂ ਤੁਹਾਨੂੰ ਪਤਾ ਸ਼ਸਤਰ ਨਾਲ ਤਾਂ ਸਾਡੇ 'ਤੇ ਕਿੰਨੇ ਅਟੈਕ ਹੁੰਦੇ ਨੇ. ਤੁਸੀਂ ਇਮੈਜਿਨ ਕਰੋ ਕਿ ਇੱਕ ਸਾਲ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ 'ਚ ਕਿੰਨੇ ਅਟੈਕ ਹੋ ਚੁੱਕੇ ਨੇ. ਜੇ ਇਸਲਾਮ ਵਿੱਚ ਕਿਸੇ ਨੇ ਇੱਕ ਵਾਰ ਵੀ ਕੀਤਾ, ਉਹਨੇ ਗਲੇ ਵੜ ਦੇਣੇ ਸੀ ਹੱਥਾਂ 'ਤੇ. ਕਿਉਂ ਇਹ ਕਰ ਰਹੇ ਨੇ? ਉਹਨਾਂ ਨੂੰ ਪਤਾ ਕਿ ਤੁਸੀਂ ਅੰਮ੍ਰਿਤ ਛਕਿਆ ਬਟ ਡਰਪੋਕ ਹੋ. ਤੁਸੀਂ ਕਿਸੇ ਬਾਬੇ ਦਾ ਛਕਿਆ, ਕਿਸੇ ਬੰਦੇ ਦਾ ਛਕਿਆ? ਅੱਜ ਕਿਸੇ ਨੂੰ ਪੁੱਛੋ ਅੰਮ੍ਰਿਤ ਛਕਿਆ, ਕਹਿੰਦਾ ਹਾਂਜੀ ਉਸ ਡੇਰੇ ਤੋਂ, ਪੰਜ ਪਿਆਰਾ ਹੀ ਭੁੱਲ ਗਏ. ਦਿਸ ਇਜ਼ ਅ ਰਿਐਲਿਟੀ, ਰਾਈਟ? ਬਿਕੋਜ਼ ਸਾਡੀ ਅਵੇਅਰਨੈਸ ਖਤਮ ਹੋ ਰਹੀ ਹੈ. ਗੁਰੂ ਸਾਹਿਬ ਨੇ ਖਾਲਸੇ ਦੀ ਡੈਫੀਨੇਸ਼ਨ ਵੀ ਜਦ ਦਿੱਤੀ ਆ, ਉਹਦੇ ਵਿੱਚ ਪਹਿਲੀ ਕੁਆਲੀਫਿਕੇਸ਼ਨ ਇਜ਼ ਨਾਟ ਕਿ ਜਿਹੜਾ ਕਿਰਪਾਨ ਪਾਉਂਦਾ. ਪਹਿਲੀ ਕੁਆਲੀਫਿਕੇਸ਼ਨ ਹੈ ਜਾਗਤ ਜੋਤ ਜਪੈ ਨਿਸ ਬਾਸੁਰ. 24/7 ਅਵੇਅਰਨੈਸ ਵਿੱਚ ਜੀ ਰਿਹਾ, ਉਹਦੇ ਵਿੱਚ ਕੀ ਚੱਲ ਰਿਹਾ, ਉਹਦੇ ਆਲੇ ਦੁਆਲੇ ਕੀ ਚੱਲ ਰਿਹਾ ਉਹਨੂੰ ਪਤਾ ਹੋਵੇ. ਦੂਜੀ ਕੁਆਲੀਫਿਕੇਸ਼ਨ ਬਣੀ ਦੱਸੀ ਹੈ, ਸਿਰਫ ਇੱਕ ਰੱਬ ਵਿੱਚ ਵਿਸ਼ਵਾਸ ਕਰਦਾ ਹੋਵੇ. ਇੱਕ ਬਿਨਾ ਮਨ ਹੈ ਇੱਕ ਨਾ ਅੰਨ ਹੈ, ਤੁਹਾਨੂੰ ਪਤਾ ਸ਼ਬਦਾਂ ਦਾ, ਬਟ ਅੱਜ ਗੱਲ ਕਰਨ ਦੀ ਲੋੜ ਪੈ ਰਹੀ ਹੈ ਬਿਕੋਜ਼ ਦਿਸ ਇਜ਼ ਦ ਰਿਐਲਿਟੀ. ਤੀਜੀ ਕੁਆਲੀਫਿਕੇਸ਼ਨ ਪੂਰਨ ਪ੍ਰੇਮ ਪ੍ਰਤੀਤ ਸਜਾ, ਬਾਹਰੋਂ ਜੇ ਦੇਖਣਾ ਉਹਦਾ ਪਿਆਰ ਦਿਖੇ, ਸਭ ਕੁਛ ਖਤਮ ਆ ਸਾਡਾ. ਇਹ ਐਂਗਲ ਤੇ ਜਦ ਕੌਮ ਆ ਜਾਵੇ, ਵਟ ਕੈਨ ਯੂ ਐਨ ਆਈ ਡੂ. ਪੁਰਾਤਨ ਸਿੰਘਾਂ ਦੀ ਅਰਦਾਸ ਹੁੰਦੀ ਸੀ, 18ਵੀਂ ਸ਼ਤਾਬਦੀ ਵਿੱਚ ਵੀ ਸਿੱਖਾਂ ਦੀ ਅਰਦਾਸ ਸੀ, ਜਿਵੇਂ ਅੱਜ ਦਾ ਮਾਹੌਲ ਆ. ਉਹ ਕਹਿੰਦੇ ਸੀ ਪੰਥ ਹੀ ਨਾ ਰਹਾ ਤੋ ਗ੍ਰੰਥ ਕੌਣ ਮਾਨੇਗਾ ਨਾਥ. ਇਸ ਕਰਕੇ ਅਟੈਕ ਹੋ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ, ਬਿਕੋਜ਼ ਦੇਰ ਇਜ਼ ਨੋ ਪੰਥ, ਦੇਰ ਆਰ ਕਬੀਲੇਜ਼. ਆਪਣੇ ਆਪਣੇ ਕਬੀਲੇ ਅਸੀਂ ਖੜੇ ਕਰ ਲਏ, ਨਵੇਂ ਨਵੇਂ ਸੰਪਰਦਾਵਾਂ ਕਹਿ ਲਓ, ਡੇਰੇ ਕਹਿ ਲਓ, ਪਹਿਲਾਂ ਵੀ ਹੁੰਦੀਆਂ ਸੀ, ਬਟ ਦੇ ਵਰ ਵੈਰੀ ਕਲੀਅਰ ਅਬਾਊਟ ਕਿ ਜਦ ਕੋਈ ਢਾਲ ਆਊ ਸਿੱਖੀ ਤੇ ਅਸੀਂ ਇਕੱਠੇ ਹਾਂ. ਹੁਣ ਅਸੀਂ ਕਹਿੰਦੇ ਹਾਂ ਯਾਰ ਉਹ ਏਜੰਟ ਆ, ਉਹ ਏਜੰਟ ਆ, ਸਾਰੇ ਖਤਮ ਕਰ ਦਿੰਦੇ ਹਾਂ. ਬਿਕੋਜ਼ ਦੇਰ ਇਜ਼ ਨੋ ਪੰਥ, ਐਂਡ ਦਿਸ ਇਜ਼ ਸਿੱਖਾਂ ਦੀ ਅਰਦਾਸ 18th century. ਪੰਥ ਹੀ ਨਾ ਰਹਾ ਤੋ ਗ੍ਰੰਥ ਕੌਣ ਮਾਨੇਗਾ ਨਾ. ਇਹ ਹੋ ਰਿਹਾ, ਗ੍ਰੰਥ ਬਣ ਗਿਆ ਤੇ ਗੁਰੂ ਗ੍ਰੰਥ ਕਹਿਣਾ ਵੀ ਕਈਆਂ ਨੇ ਬੰਦ ਕਰਤਾ. ਵੀ ਹੈਵ ਟੂ ਗੋ ਬੈਕ ਟੂ ਦੈਟ ਸਿਸਟਮ ਜਿੱਥੇ ਸਾਨੂੰ ਕਲੈਰਿਟੀ ਹੋਵੇ. ਨੰਬਰ 1 ਇਸ਼ੂ ਇਜ਼ ਆਈ ਐਗਜ਼ਿਸਟ ਟੂ ਫਾਈਟ ਕਰਪਸ਼ਨ. ਹਾਊ ਡੂ ਆਈ ਫਾਈਟ ਕਰਪਸ਼ਨ? ਦੈਟਸ ਅ ਵੈਲਿਡ ਕੁਐਸਚਨ. ਹਾਊ ਡੂ ਯੂ ਫਾਈਟ ਇਟ? ਤੁਹਾਡੇ ਦਿਮਾਗ ਦੇ ਵਿੱਚ ਇਹ ਹੋਣਾ ਬਹੁਤ ਜ਼ਰੂਰੀ ਹੈ. ਅਸੀਂ ਸਿਮਰਨ ਕਰਨਾ ਕਿਵੇਂ ਕਰਨਾ? ਪੁੱਛੋ ਨਾ ਕਿਸੇ ਨੂੰ. ਗੁਰਬਾਣੀ 'ਚ ਆਇਆ ਜਦ ਤੁਸੀਂ ਪੁੱਛੋਗੇ 100 ਬੰਦਿਆਂ ਨੂੰ, ਤੁਹਾਨੂੰ 200 ਐਂਸਰ ਮਿਲ ਜਾਣਗੇ ਕਿ ਸਾਰੇ ਕਨਫਿਊਜ਼ ਨੇ. ਵਟ ਇਜ਼ ਗੁਰਬਾਣੀ ਸੇ? ਯਾਦ ਕਰਨ. ਤੁਹਾਡੇ ਕਿਸੇ ਨੂੰ ਯਾਦ ਕਰਨਾ ਪੁੱਛਣਾ ਪੈਂਦਾ? ਜਿਵੇਂ ਮਰਜ਼ੀ ਯਾਦ ਕਰੋ. ਸਿਮਰਨ ਦਾ ਲਫ਼ਜ਼ੀ ਮਤਲਬ ਹੈ ਰਿਮੈਂਬਰੈਂਸ. ਅਸੀਂ ਦਲਾਲੀ ਕਰਾ ਰਹੇ ਹਾਂ ਕਿਵੇਂ ਰੱਬ ਨੂੰ ਯਾਦ ਕਰੀਏ. ਖਿਆਲ ਰੱਖਿਓ, ਇਨ ਆਰ ਪੰਥ, ਇਨ ਦਾ ਸਿੱਖ ਨੇਸ਼ਨ, ਜਿਹਨੇ ਵੀ ਕੁਛ ਕੀਤਾ ਪਿਛਲੇ 100 ਸਾਲਾਂ 'ਚ ਵੀ, ਉਹਨੇ ਕਿਸੇ ਜਥੇਬੰਦੀ ਨੂੰ, ਕਿਸੇ ਬੰਦੇ ਨੂੰ ਜਾ ਕੇ ਨਹੀਂ ਪੁੱਛਿਆ ਮੈਂ ਕੀ ਕਰਾਂ. ਇਨਕਲੂਡਿੰਗ, ਐਂਡ ਆਈ ਜਨਰਲੀ ਲਾਈਕ ਟੂ ਸੇ ਦਿਸ, ਕਿ ਤੁਹਾਡੇ ਇੱਥੇ ਵੀ ਐਂ ਹੋਇਆ ਸੀ. ਊਧਮ ਸਿੰਘ ਵਰਗੇ ਵੀ ਜਿਹਨਾਂ ਨੇ ਕੇਸ 'ਤੇ ਵੀ ਨਹੀਂ ਰੱਖੇ ਸੀ ਜਦੋਂ ਆਪਣੇ ਆਪਰੇਸ਼ਨ 'ਤੇ ਜਾ ਰਿਹਾ. ਰਾਤ ਪਹਿਲਾਂ ਜੇ ਤੁਸੀਂ ਨਹੀਂ ਪੜ੍ਹਿਆ, ਬੱਬਰ ਦੀ, ਰਾਜ ਬੱਬਰ ਦੀ ਮੂਵੀ 'ਚ ਹੀ ਦੇਖ ਲਿਓ, ਫੋਟੋ ਦੇ ਸਾਹਮਣੇ ਖੜ ਜਾਂਦਾ ਗੁਰੂ ਗੋਬਿੰਦ ਸਾਹਿਬ ਪਾਤਸ਼ਾਹ ਦੀ, ਤੇ ਕਹਿੰਦਾ ਮੈਨੂੰ ਕਾਮਯਾਬੀ ਬਖਸ਼ਿਓ. ਦਿਸ ਇਜ਼ ਵਾਟ ਭਾਈ ਰਣਧੀਰ ਸਿੰਘ ਡਿਡ, ਦਿਸ ਇਜ਼ ਵਾਟ ਜਰਨੈਲ ਸਿੰਘ ਪਿੰਡਰਾਂਵਾਲੇ ਡਿਡ, ਦਿਸ ਇਜ਼ ਭਾਈ ਵੀਰ ਸਿੰਘ, ਦਿਸ ਇਜ਼ ਪੂਰਨ ਸਿੰਘ, ਯੂ ਨੇਮ ਇਟ, ਦਿਸ ਇਜ਼ ਵਾਟ ਦੇ ਡਿਡ. ਦੇਰ ਓਨ ਆਸਕ ਪੀਪਲ. ਗੁਰਬਾਣੀ ਕਹਿੰਦੀ ਹੈ ਉਹ ਗੁਰੂ ਨੂੰ ਪੁੱਛਦੇ ਨੇ, ਸਿਰਫ ਗੁਰੂ ਨੂੰ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ. ਦੇ ਆਰ ਨੋਟ ਇੰਟਰਸਟਡ ਇਨ ਐਨੀਵਨ ਐਲਸ. ਵਟ ਯੂ ਐਂਡ ਆਈ ਨੀਡ ਟੂ ਡੂ ਇਜ਼, ਬਿਫੋਰ ਵੀ ਗੋ ਹੋਮ ਟੂਡੇ ਔਰ ਟੁਮੋਰੋ ਮੋਰਨਿੰਗ, ਜੇ ਅਰਦਾਸ ਕਰੋ
ਗੁਰੂ ਨੂੰ ਕਹੋ ਕਿ ਮੈਨੂੰ ਦੱਸ ਮੈਂ ਕੀ ਕਰਾਂ, ਕਿਸੇ ਨੂੰ ਜੇ ਪੁੱਛੋਗੇ ਗੜਬੜ ਹੋ ਜੂ। ਆਪਣਾ ਰਿਸ਼ਤਾ ਆਪ ਬਣਾਓ। ਸਾਨੂੰ ਰਿਸਪੋਂਸ ਕਿਉਂ ਨਹੀਂ ਦੇਣੇ ਆ ਰਹੇ? ਕਿਉਂਕਿ ਸਾਡਾ ਰਿਸ਼ਤਾ ਨਹੀਂ। ਕਿਸੇ ਦੇ ਬਰਥਡੇ 'ਤੇ ਜਾਣਾ ਹੋਵੇ ਨਾ ਤਾਂ ਤੁਹਾਡੀ ਰਿਸ਼ਤੇਦਾਰੀ ਚੰਗੀ ਨਾ ਹੋਵੇ, ਸੁਪਰਫੈਸੀ ਹੋਵੇ, ਫਟਾਫਟ ਗਿਫਟ ਲੈ ਲੈਂਦੇ ਹੋ ਨਾ, ਜਿੱਥੇ ਡੂੰਘੀ ਹੋਵੇ ਬਹੁਤ ਸੋਚਦੇ ਹੋ। ਹੁਣ ਗੁਰੂ ਨਾਲ ਦੇਖੋ ਇਹਨੂੰ, ਫਟਾਫਟ ਮੱਥਾ ਟੇਕਿਆ ਗਏ, ਲੰਗਰ ਛਕਿਆ ਗਏ, ਰਿਸ਼ਤਾ ਹੈ ਨਹੀਂ ਡੂੰਘਾ, ਜੇ ਹੋਊਗਾ ਕੁਛ ਸੋਚੋਗੇ। ਵੀ ਨੀਡ ਟੂ ਡਿਵੈਲਪ ਦੈਟ ਰਿਲੇਸ਼ਨਸ਼ਿਪ। ਉਹਦੀ ਰਿਲੇਸ਼ਨਸ਼ਿਪ ਵਿੱਚੋਂ ਸਾਡੇ ਬੜੇ ਤਕੜੇ ਰਿਸਪੋਂਸ ਨਿਕਲ ਸਕਦੇ ਨੇ। ਉਹ ਰਿਸਪੋਂਸ ਹਿਸਟੋਰਿਕਲੀ ਵੀ ਨਿਕਲੇ ਨੇ, ਉਹ ਰਿਸਪੋਂਸ ਹੁਣ ਵੀ ਨਿਕਲ ਸਕਦੇ ਨੇ, ਐਸ ਲੌਂਗ ਐਸ 47 to 84 ਵਿੱਚ ਵੀ ਰਿਸਪੋਂਸ ਜਿਨ੍ਹਾਂ ਨੇ ਦਿੱਤੇ ਬਹੁਤ ਥੋੜ੍ਹੇ ਸੀ। ਪਬਲਿਕ ਇਕੱਠੀ ਹੋਈ ਆ, 3 ਲੱਖ ਬੰਦਾ ਵੀ ਇਕੱਠਾ ਹੋ ਗਿਆ ਇੱਕ ਵੇਲੇ, ਕਿਉਂਕਿ ਜਦ ਕੌਮ ਦੀ ਡਿਮਾਂਡ ਹੋਊਗੀ ਲੋਕ ਇਕੱਠੇ ਹੋ ਜਾਣਗੇ। ਬਟ ਵਿਊ ਆਲਵੇਜ ਨੀਡ, ਜਿਹਨੂੰ ਅੰਗਰੇਜ਼ੀ ਕਹਿੰਦੇ ਫਿਊ ਗੁੱਡ ਪੀਪਲ। ਕ੍ਰਿਟੀਕਲ ਮੈਸ ਡਿਵੈਲਪ ਕਰਨ ਲਈ ਥੋੜ੍ਹੇ ਬੰਦੇ ਚਾਹੀਦੇ ਨੇ। ਆਪਣੇ ਨੈਰੇਟਿਵਸ ਦੱਸੋ, ਆਪਣਾ ਇਤਿਹਾਸ ਦੱਸੋ। ਗੁਰਬਾਣੀ ਤੋਂ ਬਾਹਰ ਨਹੀਂ ਜਾਣਾ, ਗੁਰਬਾਣੀ ਦੇ ਅੰਦਰ ਰਹਿ ਕੇ ਇਤਿਹਾਸ ਨੂੰ ਡਿਸਕ੍ਰਾਈਬ ਕਰੋ। ਉਹਦੇ ਵਿੱਚੋਂ ਸਾਡੇ ਤਗੜੇ ਰਿਸਪੋਂਸ ਪੈਦਾ ਹੋਣਗੇ। ਫਿਰ ਜਿਹੜੇ ਪੁਰਾਤਨ ਸਿੱਖਾਂ ਦੀ ਅਰਦਾਸ ਆ, ਜਿਹੜੀ ਅਸੀਂ ਅਰਦਾਸ ਤੋਂ ਬਾਅਦ ਭਾਈ ਨੰਦ ਲਾਲ ਦਾ ਕਪਲਟ ਵੀ ਪੜ੍ਹਦੇ ਹਾਂ, ਰਾਜ ਕਰੇਗਾ ਖਾਲਸਾ, ਉਹ ਐਵੇਂ ਨਹੀਂ ਹੋ ਜਾਣਾ। ਉੱਥੇ ਲਿਖਿਆ ਆਕੀ ਰਹੇ ਨਾ ਕੋਈ, ਆਕੀ ਹੁੰਦਾ ਨੋਨ ਬਿਲੀਵਰ। ਅਸੀਂ ਇਸ ਵੇਲੇ ਨੋਨ ਬਿਲੀਵਰ ਬਣੇ ਹੋਏ ਹਾਂ, ਵੀ ਡੋਂਟ ਬਿਲੀਵ ਇਨ ਵਾਟ ਵੀ ਆਰ ਸਿੰਗਿੰਗ। ਵੈਨ ਯੂ ਸਟਾਰਟ ਬਿਲੀਵਿੰਗ ਇਨ ਇਟ, ਇਟ ਵਿਲ ਹੈਪਨ, ਬਿਕੋਜ਼ ਦੈਟਸ ਦ ਸੈਕਿੰਡ ਲਾਈਨ। ਖੁਆਰ ਹੋਏ ਸਭ ਮਿਲੇਂਗੇ, ਆਪਾਂ ਫਰਸਟ੍ਰੇਟਡ ਹੈਗੇ ਹਾਂ ਨਾ, ਕਹਿੰਦੇ ਵੈਨ ਯੂ ਆਰ ਫਰਸਟ੍ਰੇਟਡ ਯੂ ਹੈਵ ਟੂ ਕਮ ਟੂਗੈਦਰ। ਹਾਓ? ਬਚੇ ਸ਼ਰਨ ਜੋ ਹੋਏ। ਸ਼ਰਨ ਅਸੀਂ ਲਈ ਨਹੀਂ ਗੁਰੂ ਦੀ, ਹੋਰਾਂ ਦੀ ਲਈ ਜਾਂਦੇ ਹਾਂ। ਦਿਸ ਇਜ਼ ਦ ਪ੍ਰੋਮਿਸ ਆਫ ਦ 10th ਮਾਸਟਰ। ਇਹ ਸ਼ਰਨ ਲੜੀ ਸ਼ੁਰੂ ਕਰੀਏ, ਆਪਣੇ ਪਰਸਨਲ ਰਿਸਪੋਂਸਿਸ ਡਿਵੈਲਪ ਕਰੀਏ, ਸਿਮਰਨ ਕਰੀਏ, ਪਾਠ ਕਰੀਏ, ਸੇਵਾ ਕਰੀਏ। ਉਹਦਾ ਬਾਹਰਮੁਖੀ ਤਰੀਕਾ ਕੀ ਹੈ? ਉਹਦਾ ਬਾਹਰਮੁਖੀ ਐਂਗਲ ਇਹ ਹੋਊ, ਯੂ ਵਿਲ ਬੀ ਸੋਲਵਿੰਗ ਇਸ਼ੂਜ਼, ਨੋਟ ਕ੍ਰੀਏਟਿੰਗ ਮੋਰ ਇਸ਼ੂਜ਼। ਜਿਹੜਾ ਬੰਦਾ ਸੇਵਾ ਅੱਜ ਕੱਲ੍ਹ ਜ਼ਿਆਦਾ ਕਰਦਾ ਨਾ, ਫਰਸਟ੍ਰੇਟ ਹੋ ਜਾਂਦਾ। ਗੁਰਬਾਣੀ ਦੇ ਲਫ਼ਜ਼ ਨੇ, ਮੇਰੇ ਨਾਲ ਗੁੱਸੇ ਨਾ ਹੋਇਓ, ਉੱਥੇ ਗੁਰੂ ਸਾਹਿਬ ਨੇ ਆਪ ਲਿਖਿਆ, ਜੇ ਤੁਹਾਨੂੰ ਫਰਸਟ੍ਰੇਸ਼ਨ ਆ ਰਹੀ ਹੈ ਸੇਵਾ ਕਰਕੇ, ਤੁਸੀਂ ਸੋਚਦੇ ਨਹੀਂ ਹੋ ਅਜੇ ਇਸ ਕਰਕੇ। ਮਤ ਥੋੜ੍ਹੀ ਸੇਵ ਗਵਾਈ ਹੈ, ਜੇ ਥੋੜ੍ਹੀ ਬਹੁਤ ਸੇਵਾ ਵੀ ਕੀਤੀ ਉਹ ਵੀ ਵਿਅਰਥ ਹੋ ਜਾਂਦੀ ਹੈ, ਕਿਉਂਕਿ ਅਜੇ ਸੋਚਣੀ ਬਹੁਤ ਛੋਟੀ ਹੈ। ਸੋ ਲੈਟਸ ਡਿਵੈਲਪ ਅਵਰ ਸੁਰਤ, ਤਾਂ ਕਿ ਸਾਨੂੰ ਵੀ ਰਿਸਪੋਂਸ ਦੇਣੇ ਆਏ, ਸਾਨੂੰ ਵੀ ਆਪਣਾ ਇਤਿਹਾਸ ਦੀ ਸਮਝ ਆਵੇ। ਅਤੇ ਇਹ ਚੀਜ਼ਾਂ ਦੇ ਵਿੱਚੋਂ ਫਿਰ ਜਿਹੜੀ ਇਕਬਾਲ ਦੀ ਗੱਲ ਹੈ, ਮੈਂ ਉੱਥੇ ਗੱਲ ਕਰਾਂਗਾ ਕਿ ਸਾਰੇ ਚੀਜ਼ਾਂ ਦਾ ਮਕਸਦ ਕੀ ਆ। ਸਾਰੀ ਚੀਜ਼ਾਂ ਦਾ ਸਿੱਖਣ ਦਾ, ਸਮਝਣ ਦਾ, ਗੱਲ ਕਰਨ ਦਾ ਮਕਸਦ ਹੈ ਆਜ਼ਾਦ ਹੋਣਾ, ਫਰੀ ਹੋਣਾ। ਜਿਹਨੂੰ ਗੁਰਬਾਣੀ 'ਚ ਕਿਹਾ ਮੁਕਤ ਹੋ ਜਾਓ, ਸਾਡੇ ਲਈ ਮੁਕਤੀ ਮੋਕਸ਼ਾ ਨਹੀਂ ਆ। ਕਾਰਮਿਕ ਥਿਊਰੀ ਵਾਲੀ ਅਸੀਂ ਉਹ ਵੀ ਕਨਫਿਊਜ਼ ਕੀਤੀ ਬੈਠੇ ਹਾਂ, ਸਾਡੇ ਲਈ ਮੁਕਤੀ ਆ ਫਰੀ ਹੋਣਾ ਨਾਓ ਟੁਡੇ। ਗੁਰੂ ਨਾਨਕ ਸਾਹਿਬ ਇਜ਼ ਮੇਕਿੰਗ ਅਸ ਮੈਂਟਲੀ ਫਰੀ, ਸਪਿਰਚੁਅਲੀ ਫਰੀ, ਪੋਲੀਟੀਕਲੀ ਫਰੀ। ਅਤੇ ਇਕਬਾਲ ਦੇ ਮੈਂ ਸ਼ੇਅਰ ਨਾਲ ਇੱਥੇ ਗੱਲ ਖਤਮ ਕਰਾਂ। ਉਹ ਕਹਿੰਦਾ ਆਜ਼ਾਦ ਅਤੇ ਗੁਲਾਮ ਬੰਦੇ ਦਾ ਫਰਕ ਕੀ ਹੈ? ਹੁਣ ਤੁਸੀਂ ਆਪ ਅਬਜ਼ਰਵ ਕਰ ਲਿਓ ਸਾਡਾ ਕੀ ਚੱਲ ਰਿਹਾ। ਕਹਿੰਦਾ ਮਹਿਕੂਮ ਕੋ ਯਹੀ ਤਰਬੀਅਤ ਅੱਛੀ ਹੈ, ਮਹਿਕੂਮ ਹੁੰਦਾ ਗੁਲਾਮ। ਵਟ ਡਜ਼ ਐਨ ਐਨਸਲੇਵ ਮਾਇੰਡ ਲਾਈਕ? ਹੀ ਸੇਜ਼ ਮਹਿਕੂਮ ਕੋ ਯਹੀ ਤਰਬੀਅਤ ਅੱਛੀ ਹੈ, ਮੌਸੀਕੀ ਔਰ ਸੂਰਤਗਰੀ ਔਰ ਇਲਮੇ ਨਵਾਦਾਦ। ਉਹ ਕਹਿੰਦਾ ਥੋੜ੍ਹਾ ਜਿਹਾ ਚੰਗਾ ਮਿਊਜ਼ਿਕ ਹੋਵੇ, ਥੋੜ੍ਹੀ ਜਿਹੀ ਚੰਗੀ ਆਰਟ ਹੋਵੇ, ਅਤੇ ਥੋੜ੍ਹਾ ਜਿਹਾ ਚੰਗਾ ਲਿਟਰੇਚਰ ਹੋਵੇ। ਤੁਸੀਂ ਸੁਣਿਆ ਵੀ ਹੋਣਾ ਹੈ, ਕੋਈ ਬੱਚਾ ਸਿੱਖ ਬਣ ਰਿਹਾ ਹੋਵੇ ਨਾ, ਘਰ ਵਾਲੀ ਕਹਿਣਾ ਜ਼ਿਆਦਾ ਸਿੱਖਣਾ ਬਣ ਜੀ, ਕਿਉਂਕਿ ਘਬਰਾਉਂਦਾ ਜਿਹੜਾ ਜ਼ਿਆਦਾ ਸਿੱਖ ਹੋਣ ਉਹ ਆਜ਼ਾਦ ਹੋ ਜੂ, ਫਿਰ ਉਹਦੀ ਦੁਨੀਆਂ ਤੋੜੇ ਬੰਦ ਨਾ ਹੋ ਜੂ, ਉਹ ਮੁਕਤ ਹੋ ਰਿਹਾ, ਉਹ ਆਜ਼ਾਦ ਹੋ ਰਿਹਾ। ਸੋ ਇਕਬਾਲ ਕਹਿ ਰਿਹਾ ਗੁਲਾਮਾਂ ਦੀ ਨਿਸ਼ਾਨੀ ਆ, ਉਹ ਥੋੜ੍ਹਾ ਥੋੜ੍ਹਾ ਚੰਗਾ ਚਾਹੁੰਦੇ ਨੇ, ਹੋਰ ਕੀ ਗੁਲਾਮ ਬੰਦਾ ਪਸੰਦ ਕਰਦਾ। ਕਹਿੰਦਾ ਮਹਿਕੂਮ ਕੋ ਪੀਰੋਂ ਕੀ ਕਰਾਮਾਤ ਕਾ ਸੌਦਾ। ਉਹਨੂੰ ਲੱਗਦਾ ਕੋਈ ਪੀਰ ਆਵੇ ਤੇ ਕੋਈ ਕਰਾਮ। ਤੁਹਾਡੇ ਸਾਹਮਣੇ ਹੁਣ ਸਾਡੀ ਰਿਐਲਿਟੀ ਕੀ ਚੱਲ ਰਿਹਾ। ਫਿਰ ਉਹ ਦੱਸ ਰਿਹਾ ਆਜ਼ਾਦ ਨੂੰ ਕੀ ਪਸੰਦ ਆ। ਕਹਿੰਦਾ ਹੈ ਆਜ਼ਾਦ ਬੰਦਾ ਖੁਦ ਇੱਕ ਜ਼ਿੰਦਾ ਕਰਾਮਾਤ। ਦਿਸ ਇਜ਼ ਵਾਟ ਗੁਰੂਜ਼ ਡਿਡ, ਦੇ ਵਰ ਨਾਟ ਹੇਅਰ ਟੂ ਕ੍ਰੀਏਟ ਅਦਰ ਆਰਟਸ, ਦੇ ਵਾਂਟਡ ਯੂ ਟੂ ਬਿਕਮ ਐਨ ਆਰਟਿਸਟ। ਉਹਨਾਂ ਨੇ ਬੰਦੇ ਵਿੱਚ ਆਰਟ ਪੈਦਾ ਕੀਤੀ ਕਿ ਤੂੰ ਆਪ ਖੁੱਲ ਜਾ, ਆਜ਼ਾਦ ਪੰਛੀ ਵਾਂਗੂ ਤੁਰਨਾ ਸ਼ੁਰੂ ਕਰ। ਸਾਡੀ ਪਹਿਲੀ ਬੈਟਲ ਵੀ ਇਸੇ ਕਰਕੇ ਹੋਈ ਸੀ ਗੁਰੂ ਅਰਜਨ ਪਾਤਸ਼ਾਹ ਦੀ, ਕਿ ਗਵਰਨਮੈਂਟ ਆਫ ਦਾ ਟਾਈਮ ਕਹਿੰਦੀ ਤੁਸੀਂ ਹੰਟਿੰਗ ਨਹੀਂ ਕਰ ਸਕਦੇ, ਅਤੇ ਗੁਰੂ ਸਾਹਿਬ ਨੇ ਕਿਹਾ ਕਿ ਪਬਲਿਕ ਦੇ ਵੀ ਕਈ ਰਾਈਟਸ ਨੇ। ਇਸ ਪਿੱਛੇ ਬੈਟਲ ਹੋਈ ਹੈ ਪਹਿਲੀ। ਇਹ ਬੜੇ ਆਈਡੀਆ ਤਕੜਾ, ਵੇਅਰ ਡਜ਼ ਦਾ ਇੰਪੀਰੀਅਲ ਰਾਈਟ ਐਂਡ ਐਂਡ ਵੇਅਰ ਡਜ਼ ਦਾ ਪੀਪਲ ਰਾਈਟ ਸਟਾਰਟ। ਬਹੁਤ ਵੱਡੇ ਆਈਡੀਆਜ਼ ਨੇ ਇਹਨਾਂ। ਸੋ ਆਪਾਂ ਵੀ ਆਜ਼ਾਦ ਸੁਰਤ ਪੈਦਾ ਕਰੀਏ, ਆਜ਼ਾਦ ਗੁਰੂ ਨੂੰ ਮੰਨੀਏ। ਸਾਹਿਬ ਮੇਰਾ ਇੱਕ ਹੋਆ, ਯੂ ਕੈਨ ਟੇਕ ਆਰਡਰਸ ਫਰੋਮ 10 ਪੀਪਲ, ਯੂ ਕੈਨ ਓਨਲੀ ਟੇਕ ਫਰੋਮ 1। ਉਹ ਸਾਹਿਬ ਜਿਹੜਾ ਆਪ ਆਜ਼ਾਦ ਆ, ਜਿਹੜਾ ਆਜ਼ਾਦਾਂ ਤੋਂ ਆਜ਼ਾਦ ਆ। ਸ਼ਾਹੇ ਸ਼ਾਹਨਸ਼ਾਹ ਕਿਉਂ ਕਹਿੰਦੇ ਆ ਗੁਰੂ ਗ੍ਰੰਥ ਪਾਤਸ਼ਾਹ ਨੂੰ? ਖਸਮ ਰਾਜਾ ਕਾ ਕਹਿੰਦੇ ਹਾਂ ਅਸੀਂ, ਬਰਦੋ ਆਲਮ ਸ਼ਾਹ ਫੋਰ ਦਿਸ ਵਰਲਡ ਐਂਡ ਦਾ ਵਰਲਡ ਬਿਯੋਂਡ। ਉਹਨਾਂ ਨੂੰ ਹਾਜ਼ਰ ਨਾਜ਼ਰ ਜਾਣੀਏ,
ਉਸ ਯਾਦ ਵਿੱਚੋਂ ਮਹਿਬੂਬ ਸਾਹਿਬ ਦੇ ਲਫ਼ਜ਼ਾਂ ਵਿੱਚ ਜਦ ਅਸੀਂ ਲੜ ਮਾਹੀ ਦਾ ਫੜ ਕੇ ਬਹਿ ਜਾਂਗੇ ਫਿਰ ਸਾਨੂੰ ਕੋਈ ਨਹੀਂ ਮਿਟਾ ਸਕਦਾ। ਇਹ ਪਹਿਲਾਂ ਵੀ ਹੋਇਆ ਹੁਣ ਵੀ ਹੋਊ ਬਟ ਅਸੀਂ ਲੜ ਛੱਡਦਾ ਆਪਣੇ ਮਾਹੀ ਦਾ। ਉਹ ਮਾਹੀ ਫਿਰ ਸਾਨੂੰ ਸਿਖਾਊ ਕਿ 1984 ਨਾਲ ਵੀ ਕਿਵੇਂ ਡੀਲ ਕਰਨਾ, ਉਹ ਸਿਖਾਊ ਕਿ ਅੱਜ ਦਾ ਜਿਹੜਾ SGPC ਇਲੈਕਸ਼ਨ ਆ ਗਿਆ ਉਹਦੇ ਨਾਲ ਵੀ ਕਿਵੇਂ ਡੀਲ ਕਰਨਾ, ਕਿਉਂਕਿ ਡੀਲ ਕਰਨਾ ਜੇ ਨਹੀਂ ਆ ਰਿਹਾ ਸਾਡੀ ਸੁਰਤ ਜਾਗਣ ਦੀ ਲੋੜ ਆ। ਉਹ ਸੁਰਤ ਨੂੰ ਜਗਾਓ ਅਤੇ ਆਪਣੇ ਪਰਸਨਲ ਰਿਸਪੋਂਸ ਆਪਣੇ ਗੁਰੂ ਦੇ ਰਿਲੇਸ਼ਨਸ਼ਿਪ ਵਿੱਚੋਂ ਪੈਦਾ ਕਰੋ, ਫਿਰ ਅਸੀਂ ਇੱਕ ਝੰਡੇ ਇੱਕ ਨਿਸ਼ਾਨ ਸਾਹਿਬ ਥੱਲੇ ਆ ਕੇ ਇੱਕ ਪੰਥ ਦੀ ਗੱਲ ਕਰਨ ਜੋਗੇ ਹੋਵਾਂਗੇ। ਇਹਨਾਂ ਸ਼ਬਦਾਂ ਨਾਲ ਦਾਸ ਖੇਮਾ ਦਾ ਜਾ ਚੁੱਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।